ਦੋਸਤੋ ਤੁਸੀਂ ਵੇਖ ਰਹੇ ਹੋ ਜੀ ਸਾਂਝਾ ਟੀਵੀ ਤੇ ਸੋਮਵਾਰ ਦਾ ਦਿਨ ਹੈ ਸੋਮਵਾਰ ਦੀ ਸ਼ਾਮ ਨੂੰ ਸਾਡੀ ਤੁਹਾਡੀ ਮੁਲਾਕਾਤ ਹੁੰਦੀ ਹੈ ਪ੍ਰੋਗਰਾਮ ਰੂਹ ਦੀਆਂ ਗੱਲਾਂ ਦੇ ਅੰਤਰਗਤ ਅੱਜ ਦਾ ਪ੍ਰੋਗਰਾਮ ਲੈ ਕੇ ਮਨਜੀਤ ਕੌਰ ਕੰਗ ਤੁਹਾਡੇ ਵਾਸਤੇ ਇੱਕ ਵਾਰੀ ਫਿਰ ਹਾਜ਼ਰ ਹੈ ਦੋਸਤੋ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਤੇ ਅਸਲਾਮ ਅਲੈਕਮ ਦੋਸਤੋ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਇੱਕ ਵਾਰੀ ਫਿਰ ਬੜਾ ਰੌਚਕ ਬੜਾ ਦਿਲਚਸਪ ਰਹਿਣ ਦੀ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਆਪਣੇ ਨਾਲ ਦਰਸ਼ਨ ਬੁੱਟਰ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਰਹਿਣਗੇ ਜਿਹੜੇ ਕਿ ਸਾਹਿਤ ਅਕੈਡਮੀ ਪੁਰਸਕਾਰ ਦੇ ਨਾਲ ਸਨਮਾਨਿਤ ਵੀ ਨੇ ਅਤੇ 9 ਕਿਤਾਬਾਂ ਇਹਨਾਂ ਦੀਆਂ ਛਪ ਚੁੱਕੀਆਂ ਨੇ ਨਾਮੀ ਕਵੀ ਹਨ ਇਸ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵੀ ਨੇ ਅਤੇ ਪੰਜਾਬ ਅਤੇ ਸਿੰਧ ਬੈਂਕ ਦੇ ਵਿੱਚ ਕੰਮ ਕਰਦੇ ਰਹੇ ਨੇ ਔਰ ਬਾਕੀ ਇਹਨਾਂ ਦੇ ਬਾਰੇ ਕਈ ਮੈਂ ਜਦੋਂ ਗੈਸਟ ਨੂੰ ਨਾ ਕਿਸੇ ਨੂੰ ਇੰਟਰੋਡਿਊਸ ਕਰਵਾਉਂਦੀ ਹੁੰਦੀ ਤਾਂ ਮੈਨੂੰ ਲੱਗਦਾ ਹੁੰਦਾ ਵੀ ਉਹਨਾਂ ਦਾ ਨਾਂ ਹੀ ਲੈ ਦਈਏ ਅਤੇ ਉਹੀ ਕਾਫੀ ਹੈ ਸੋ ਇਹ ਵੀ ਉਹਨਾਂ ਦੇ ਵਿੱਚ ਉਹਨੂੰ ਜੀ ਆਇਆਂ ਨੂੰ ਜੀ ਬੁੱਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਬਹੁਤ ਬਹੁਤ ਜੀ ਅਤੇ ਤੁਹਾਡੀਆਂ ਕਿਤਾਬਾਂ ਨੇ ਜਿਹੜੀਆਂ ਉਹ ਸਾਰੀਆਂ ਦੀ ਚਰਚਾ ਮੈਂ ਆਲੇ ਦੁਆਲਿਓਂ ਸੁਣਦੀ ਰਹਿੰਦੀ ਹਾਂ ਬਹੁਤ ਗੱਲਬਾਤ ਹੈ ਜਿਹੜੀ ਤੁਹਾਡੇ ਜਿਹੜੇ ਵਿਸ਼ੇ ਤੁਸੀਂ ਚੁਣਦੇ ਹੋ ਜਾਂ ਤੁਸੀਂ ਜਿੰਨਾ ਵੀ ਲਿਖਿਆ ਹੁਣ ਤੱਕ ਉਹ ਚਾਹੇ ਜਾਂ ਤੁਸੀਂ ਪਾਕਿਸਤਾਨ ਜਾਂਦੇ ਹੋ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਜਾਂਦੇ ਹੋ ਕਿਤੇ ਵੀ ਅਤੇ ਤੁਹਾਡੀਆਂ ਵੀਡੀਓ ਅਸੀਂ ਕੱਢ ਕੱਢ ਕੇ ਵੇਖਦੇ ਰਹੀਦਾ ਬੜਾ ਆਨੰਦ ਆਉਂਦਾ ਹੈ ਜੀ ਅਤੇ ਮੈਂ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਤੁਹਾਡੀਆਂ ਕੁਝ ਲਾਈਨਾਂ ਦੇ ਨਾਲ ਹੀ ਕਰਨੀਆਂ ਚਾਹੂੰਗੀ ਤਾਂ ਕਿ ਆਪਾਂ ਥੋੜ੍ਹਾ ਜਿਹਾ ਮਾਹੌਲ ਬੰਨੀਏ ਪਹਿਲਾਂ ਵੀ ਅੱਜ ਦਾ ਹੀ ਪ੍ਰੋਗਰਾਮ ਦੇ ਵਿੱਚ ਜਿਹੜੇ ਦੁਨੀਆ ਭਰ ਦੇ ਵਿੱਚ ਆਪਣੇ ਸਰੋਤੇ ਨੇ ਬੈਠੇ ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਵੇ ਵੀ ਕਿੱਦਾਂ ਦਾ ਪ੍ਰੋਗਰਾਮ ਰਹੇਗਾ ਇਸ ਤਰ੍ਹਾਂ ਮਨਜੀਤ ਜੀ ਵੀ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਮੈਂ ਇਹ ਗੱਲਬਾਤ ਨੂੰ ਇੱਕ ਰੂਬਰੂ ਟਾਈਪ ਹੀ ਲੈਣਾ ਹੁੰਦਾ ਵੀ ਇਹ ਆਪਾਂ ਇੱਕ ਰੂਬਰੂ ਦੇ ਤੌਰ 'ਤੇ ਕਰ ਰਹੇ ਹਾਂ ਤੁਸੀਂ ਰੂਹ ਦੀ ਗੱਲ ਕੀਤੀ ਹੈ ਹੁਣੇ ਕੀਤੀ ਹੈ ਅਤੇ ਮੈਂ ਗੱਲ ਰੂਹ ਤੋਂ ਹੀ ਸ਼ੁਰੂ ਕਰਦਾ ਜੀ ਵੀ ਔਖਾ ਤਾਂ ਬਹੁਤ ਰੂਹ ਦਾ ਕਿਲਾ ਫਤਿਹ ਕਰਨਾ ਹੋਰ ਵੀ ਔਖਾ ਹੋਂ ਦਾ ਝੰਡਾ ਉਤਾਰਨਾ ਵਾਹ ਜੀ ਵਾਹ ਕੀ ਬਾਤ ਔਖਾ ਤਾਂ ਬਹੁਤ ਰੂਹ ਦਾ ਕਿਲਾ ਫਤਿਹ ਕਰਨਾ ਹੋਰ ਵੀ ਔਖਾ ਹੋਂ ਦਾ ਝੰਡਾ ਉਤਾਰਨਾ ਔਖੀ ਤਾਂ ਬੜੀ ਵਸਲ ਦੀ ਚੜ੍ਹਾਈ ਚੜ੍ਹਨੀ ਹੋਰ ਵੀ ਔਖੀ ਵਿਛੋੜੇ ਦੀ ਢਾਲ ਬੋਚਣੀ ਵਾਹ ਜੀ ਵਾਹ ਅਤੇ ਕੀ ਬਾਤ ਜੇ ਤੁਹਾਡੇ ਰੂਬਰੂ ਹੋਇਆ ਤਾਂ ਦਿਲੋਂ ਰੂਹ ਦੇ ਅੰਦਰੋਂ ਤੁਹਾਡੇ ਰੂਬਰੂ ਹੋ ਰਹੇ ਹਾਂ ਅਸੀਂ ਮੇਰੀ ਇੱਕ ਹੋਰ ਨਜ਼ਮ ਹੈ ਮੈਂ ਉੱਥੋਂ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਹੋਇਆ ਜੇ ਖੱਟ ਲਿਆਇਆ ਮੈਂ ਰੂਹ ਦੀ ਗੱਲ ਕਰਦਾ ਕੀ ਹੋਇਆ ਜੇ ਖੱਟ ਲਿਆਇਆ ਪੈਰਾਂ 'ਚ ਛਾਲੇ ਨੈਣਾਂ 'ਚ ਨੀਰ ਇੰਨਾ ਹੀ ਬਹੁਤ ਕਿ ਇਸ ਸੌਦੇ ਵਿੱਚ ਰੂਹ ਬੇਦਾਗ ਰਹੀ ਕਿਆ ਬਾਤ ਹੈ ਕਿਆ ਬਾਤ ਹੈ ਕੋਸ਼ਿਸ਼ ਕਰੀਦੀ ਹੈ ਕਿ ਆਪਣੀ ਰੂਹ 'ਤੇ ਕੋਈ ਬੋਝ ਨਾ ਪਵੇ ਅਤੇ ਆਪਾਂ ਤਹਿ ਦਿਲੋਂ ਬੜੀ ਆਪਣੀ ਆਤਮਾ ਦੇ ਵਿੱਚੋਂ ਗੱਲਾਂ ਬਾਤਾਂ ਕਰੀਏ ਵੈਰੀ ਨਾਈਸ ਅੱਛਾ ਜਿਵੇਂ ਤੁਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵੀ ਹੋ ਜੀ ਇਹਦੇ ਬਾਰੇ ਦੱਸੋ ਅਤੇ ਇਹਦੀਆਂ ਗਤੀਵਿਧੀਆਂ ਕਦੋਂ ਦੀ ਇਹ ਸਭਾ ਚੱਲ ਰਹੀ ਹੈ ਬੜੀ ਕੇਂਦਰੀ ਪੰਜਾਬੀ ਲੇਖਕ ਸਭਾ ਲੇਖਕਾਂ ਦੀ ਇੱਕ ਸਿਰਮੌਰ ਜਥੇਬੰਦੀ ਆ ਇਸ ਦੀਆਂ ਸ਼ਾਖਾਵਾਂ ਜਿਹੜੀਆਂ ਸਾਡੀਆਂ ਸਾਰੀਆਂ ਸਭਾਵਾਂ ਸਾਹਿਤ ਸਭਾਵਾਂ ਹੁੰਦੀਆਂ ਨੇ ਇਹ ਸਾਰੀਆਂ ਸਭਾਵਾਂ ਦਾ ਕੇਂਦਰ ਹੈ ਜਿਹੜਾ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਹੈ ਇਹਦੇ ਨਾਲ 199 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਨੇ ਅੱਛਾ ਜੀ ਇਸ ਵੇਲੇ ਠੀਕ ਹੈ ਜਿਹਦੇ ਵਿੱਚ ਸਿਰਫ ਪੰਜਾਬ ਦੀਆਂ ਨਹੀਂ ਹਰਿਆਣੇ ਦੀਆਂ ਸਭਾਵਾਂ ਜਾਂ ਕਲਕੱਤਾ ਬੰਬੇ ਅਤੇ ਫਿਰ ਰਾਜਸਥਾਨ ਦੀਆਂ ਇੱਕ ਦੋ ਸਭਾਵਾਂ ਨੇ ਅਤੇ ਸਰਸੇ ਜਿਵੇਂ ਸਿਰਸੇ ਦੀਆਂ ਅਤੇ ਫਿਰ ਤੁਹਾਡੀਆਂ ਬਾਹਰਲੀਆਂ ਕੈਨੇਡਾ ਅਮੈਰੀਕਾ ਦੀਆਂ ਸਭਾਵਾਂ ਵੀ ਇਹਦੇ ਨਾਲ ਅਟੈਚ ਨੇ ਇਹਦੇ ਨਾਲ ਜੁੜੀਆਂ ਹੋਈਆਂ ਨੇ ਅਤੇ ਇਸ ਕਰਕੇ ਸਾਰੀਆਂ ਸਹਿ ਸਭਾਵਾਂ ਦਾ ਸਮੂਹ ਹੈ ਇਹਨੂੰ ਅਸੀਂ ਸਿਰਮੌਰ ਜਥੇਬੰਦੀ ਬਣਾਇਆ ਹੋਇਆ ਅਤੇ 1954 ਤੋਂ ਚੱਲ ਰਹੀਆਂ ਨੇ ਇਹ ਸਭਾਵਾਂ ਹੀਰਾ ਸਿੰਘ ਦਰਦ ਵੇਲੇ ਦੀਆਂ ਅਤੇ ਮੈਨੂੰ ਮਾਣ ਹੈ ਕਿ ਮੈਂ ਹੁਣ 2 ਵਾਰ ਇਸ ਦਾ ਪ੍ਰਧਾਨ ਲਗਾਤਾਰ ਸਰਬਸੰਮਤੀ ਦੇ ਨਾਲ ਮੈਨੂੰ ਚੁਣਿਆ ਗਿਆ ਅੱਛਾ ਜੀ ਬੜੇ ਮਾਣ ਦੀ ਗੱਲ ਹੈ ਅਤੇ ਜਿਹੜੀ ਇੱਥੇ ਆ ਸਾਡੇ ਕੈਨੇਡਾ ਦੇ ਵਿੱਚ ਕੇਂਦਰੀ ਲਿਖਾਰੀ ਸਭਾ ਇਹ ਵੀ ਇਹਦਾ ਹੀ ਹਾਂ ਇਹਦੇ ਸਾਰੇ ਸਾਡੇ ਲਾਈਵ ਮੈਂਬਰ ਵੀ ਨੇ ਅਤੇ ਸਭਾਵਾਂ ਵੀ ਨੇ 2-3 ਸਭਾਵਾਂ ਸਾਡੀ ਕੇਂਦਰੀ ਪੰਜਾਬੀ ਲੇਖ ਸਭਾ ਨਾਲ ਇੱਥੋਂ ਦੀਆਂ ਕੈਨੇਡਾ ਦੀਆਂ ਜੁੜੀਆਂ ਹੋਈਆਂ ਅੱਛਾ ਜੀ ਜਿਹੜੀਆਂ ਬਾਕੀ ਸਭਾਵਾਂ ਦਾ ਤੁਸੀਂ ਜ਼ਿਕਰ ਕੀਤਾ ਜਿਵੇਂ ਹਰਿਆਣੇ ਤੋਂ ਵੀ ਜਾਂ ਹੋਰ ਆਪਣੇ ਰਾਜਾਂ ਤੋਂ ਹਾਂਜੀ ਹਾਂਜੀ ਉਹ ਕਿਵੇਂ ਫਿਰ ਮਤਲਬ ਪਾਰਟਿਸਪੇਟ ਕਰਦੇ ਕਿਵੇਂ ਇਕੱਠੇ ਰਹਿੰਦੇ ਹੋ ਤੁਸੀਂ ਕੋਈ ਸਲਾਨਾ ਸਮਾਗਮ ਹੁੰਦੇ ਨੇ ਜਾਂ ਕੀ ਹੁੰਦਾ ਮੈਂ ਦੱਸਦਾ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਵਿਧਾਨ ਇੱਕ ਵੱਖਰੀ ਕਿਸਮ ਦਾ ਵਿਧਾਨ ਹੈ ਜਿੱਥੇ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਨ ਲਈ ਸਭ ਤੋਂ ਅੱਗੇ ਤੁਰਦੀ ਹੈ ਉੱਥੇ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਵੀ ਲਗਾਤਾਰ ਸੰਘਰਸ਼ ਕਰਦੀ ਹੈ ਸਾਡੇ ਸਮਾਜ ਦੇ ਜਿੰਨੇ ਵੀ ਪੰਜਾਬੀ ਸਮਾਜ ਦੇ ਮਸਲੇ ਆਉਂਦੇ ਨੇ ਸਾਡੇ ਸਾਹਮਣੇ ਉਹਨਾਂ 'ਤੇ ਵੀ ਅਸੀਂ ਲਗਾਤਾਰ ਚਿੰਤਤ ਰਹਿੰਦੇ ਹਾਂ ਚਾਹੇ ਉਹ ਨਸ਼ਿਆਂ ਦੇ ਮਸਲੇ ਨੇ ਚਾਹੇ ਕਿਸਾਨੀ ਸੰਘਰਸ਼ ਸੀਗਾ ਉੱਥੇ ਵੀ ਸਾਡੇ ਲੇਖਕਾਂ ਨੇ ਉੱਥੇ ਲਗਾਤਾਰ ਹਾਜ਼ਰੀ ਦਿੱਤੀ ਵੱਖੋ ਵੱਖਰੇ ਸਾਡੇ ਜਥੇ ਉੱਥੇ ਜਾਂਦੇ ਰਹੇ ਅਤੇ ਮੈਂ ਤਾਂ ਇਹ ਵੀ ਕਹਿਣਾ ਵੀ ਜਿੱਥੇ
किसानी संघर्ष च होर मजदूरां दा किसानां दा बहुत वड्डा योगदान है इहनूं सफल बनाउण वास्ते। उत्थे लेखकां दा बहुत वड्डा योगदान है क्योंकि लेखकां ने उत्थे अपनियां स्टेजां लाईआं होईआं सी, तिखियां तों तिखियां कवितावां, नाटक, ड्रामे, कलियां जां ढाडी, रागी, कवीशर सब साडे मैंबर ने केंद्रीय सभा दे, उहनां दा बहुत वड्डा योगदान रिहा। लोकां नूं हौसला देणा, ताकत देणी, हलाशेरी देणी बड़ा जरूरी। तुहानूं इक होर मैं गल दसणा चाहुंदा कि ਵੀ ਉਹਨਾਂ ਵੇਲਿਆਂ ਦੇ ਵਿੱਚ ਕਵਿਤਾਵਾਂ ਦੀਆਂ ਮਤਲਬ ਕਿ 200 ਤੋਂ ਉੱਪਰ ਕਿਤਾਬਾਂ ਲੇਖਕਾਂ ਦੀਆਂ ਆਈਆਂ ਨੇ ਕਿਸਾਨੀ ਸੰਘਰਸ਼ ਦੇ ਉੱਪਰ, ਕਵਿਤਾ ਦੀਆਂ, ਨਾਵਲ ਬੜੇ ਆਏ ਨੇ ਅਤੇ ਕਹਾਣੀਆਂ ਬੜੀਆਂ ਲਿਖੀਆਂ ਗਈਆਂ ਨੇ। ਇਸ ਕਰਕੇ ਮੈਂ ਕਹਿੰਦਾ ਵੀ ਉਹ ਉਹਨੂੰ ਸਫਲ ਬਣਾਉਣ ਵਾਸਤੇ ਜਿੱਥੇ ਹਰ ਪੰਜਾਬੀ ਦਾ ਯੋਗਦਾਨ ਹੈ ਉੱਥੇ ਪੰਜਾਬ ਦੇ ਲੇਖਕਾਂ ਦਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜੀਆਂ ਸਾਹਿਤ ਸਭਾਵਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਫਿਰ ਤਾਂ ਇਹਦਾ ਘੇਰਾ ਬਹੁਤ ਵਿਸ਼ਾਲ ਹੈ ਜਿਵੇਂ ਤੁਸੀਂ ਦੱਸ ਰਹੇ ਹੋ। ਜਿਵੇਂ ਸਮਾਜ ਦੇ ਜਿੰਨੇ ਵੀ ਮਸਲੇ ਨੇ, ਕਿਤੇ ਧਰਨੇ ਲੱਗਦੇ ਨੇ, ਕਿਤੇ ਹੱਪੁੱਕ ਹੜਤਾਲਾਂ ਹੁੰਦੀਆਂ ਨੇ, ਅਤੇ ਉੱਥੇ ਅਸੀਂ ਵੱਧ ਤੋਂ ਵੱਧ ਸ਼ਾਮਿਲ ਹੁੰਦੇ ਹਾਂ। ਅਸੀਂ ਕਹਿੰਦੇ ਹਾਂ ਆਹ ਹੁਣ ਇੱਕ ਉੱਥੇ ਇੱਕ ਬੀਬੀ ਜਿਹੜੀ ਸਾਡੀ ਟੀਚਰ ਸੀ ਉਹ ਆਤਮ ਦਾਹ ਕਰ ਗਈ ਹੈ। ਹਾਂਜੀ ਹਾਂਜੀ, ਪਤਾ ਤੁਹਾਨੂੰ? ਹਾਂਜੀ, ਪ੍ਰੋਫੈਸਰ ਬਲਵਿੰਦਰ ਕੌਰ। ਅਤੇ ਹੁਣ ਵੀ ਅਸੀਂ ਸਭ ਤੋਂ ਪਹਿਲਾਂ ਮੈਂ ਆਉਂਦਾ ਇਹ ਆਪਦੇ ਸਕੱਤਰ ਨੂੰ ਕਹਿ ਕੇ ਆਇਆ ਕਿ ਇਹਨੂੰ ਪੂਰੇ ਜ਼ੋਰ ਨਾਲ ਕੇਂਦਰੀ ਪੰਜਾਬੀ ਲੇਖ ਸਭਾ ਨੂੰ ਮਸਲੇ 'ਚ ਲਿਆ ਜਾਵੇ, ਪੂਰਾ ਇਹ ਉਠਾਇਆ ਜਾਵੇ ਮਸਲਾ, ਸਾਰੀਆਂ ਅਖਬਾਰਾਂ ਰਾਹੀਂ, ਆਪਣੇ ਜਿੰਨੇ ਵੀ ਵਟਸਐਪ 'ਤੇ ਵੀ, ਫੇਸਬੁੱਕ 'ਤੇ ਵੀ, ਜਿੱਥੇ ਤੱਕ ਵੀ ਅਸੀਂ ਉਹਨਾਂ ਲੋਕਾਂ ਦੇ ਨਾਲ ਖੜ੍ਹੇ ਹਾਂ, ਕੇਂਦਰੀ ਪੰਜਾਬੀ ਲੇਖਕ ਸਭਾ ਉਹਨਾਂ ਲੋਕਾਂ ਦੇ ਨਾਲ ਖੜ੍ਹੇ ਹਾਂ ਜਿਨ੍ਹਾਂ ਦੇ ਨਾਲ ਧੱਕਾ ਹੁੰਦਾ, ਜਿਨ੍ਹਾਂ ਨੂੰ ਸਰਕਾਰਾਂ ਤੰਗ ਕਰਦੀਆਂ ਨੇ, ਜਿਨ੍ਹਾਂ ਦੇ ਮਸਲੇ ਬੜੇ ਗੰਭੀਰ ਨੇ, ਚਾਹੇ ਉਹ ਮਜ਼ਦੂਰ ਨੇ, ਕਿਸਾਨ ਨੇ, ਚਾਹੇ ਔਰਤ ਦੇ ਮਸਲੇ ਨੇ। ਬਹੁਤ ਚੰਗੀ ਗੱਲ ਹੈ ਕਿਉਂਕਿ ਸਰਕਾਰ ਨੇ ਹਾਲੇ ਤੱਕ ਵੀ ਉਹਦੇ ਉੱਤੇ ਕੋਈ ਕਦਮ ਨਹੀਂ ਚੁੱਕਿਆ। ਕੁਛ ਨਹੀਂ, ਅਸੀਂ ਜਾ ਕੇ ਇਹਨੂੰ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅਤੇ ਇੱਥੋਂ ਤੱਕ ਕਿ ਭਾਸ਼ਾ ਵਿਭਾਗ ਦੇ ਪ੍ਰੋਗਰਾਮ ਚੱਲੇ ਨੇ ਇਹਨਾਂ ਦਿਨਾਂ 'ਚ ਅਤੇ ਉੱਥੇ ਉਹ ਜਿਹੜਾ ਮਿਨਿਸਟਰ ਸੀ ਉੱਥੇ ਆਇਆ ਸਾਰੇ ਪ੍ਰੋਗਰਾਮਾਂ 'ਚ, ਉੱਥੇ ਵੀ ਸਾਡੇ ਬਹੁਤ ਸਾਰੇ ਲੇਖਕਾਂ ਨੇ ਬਾਈਕਾਟ ਕੀਤਾ। ਅੱਛਾ ਜੀ। ਬਈ ਨਹੀਂ ਵੀ ਅਸੀਂ ਉੱਥੇ ਨਹੀਂ ਜਾਣਾ ਉਸ ਮਿਨਿਸਟਰ ਦੇ ਪ੍ਰੋਗਰਾਮਾਂ 'ਚ, ਚਾਹੇ ਉਹ ਭਾਸ਼ਾ ਵਿਭਾਗ ਦਾ ਮਿਨਿਸਟਰ ਹੈ ਅਤੇ ਇੱਦਾਂ। ਇਹ ਸਾਡੀ ਬਹੁਤ ਚੰਗੀ ਗੱਲ ਹੈ ਜੀ। ਅੱਛਾ, ਨਾਭੇ ਨਾਲ ਤੁਹਾਡਾ ਕੀ ਸੰਬੰਧ ਹੈ? ਨਾਭਾ ਮੇਰੀ, ਨਾਭੇ ਤੋਂ ਨਾਲ ਮੇਰਾ ਪਿੰਡ ਹੈ ਥੂਰੀ। ਅੱਛਾ ਜੀ। ਮੈਨੂੰ ਇਹ ਦੱਸਦੇ ਹਾਂ, ਬੜੀ ਖੁਸ਼ੀ ਹੋ ਰਹੀ ਹੈ ਇਸ ਚੈਨਲ ਤੋਂ ਕਿ ਮੈਂ ਇੱਕ ਨਿੱਕੇ ਜਿਹੇ ਪਿੰਡ ਦੇ ਨਿੱਕੇ ਜਿਹੇ ਕਿਸਾਨ ਦਾ ਪੁੱਤਰ ਹੈ, ਅੱਖਰਾਂ ਦੀ ਆਰਾਧਨਾ ਕਰਦਾ ਕਰਦਾ ਅੱਜ ਇੱਥੇ ਤੱਕ ਪਹੁੰਚੇ ਹਾਂ ਤੁਹਾਡੇ ਤੱਕ। ਅਤੇ ਨਾਭਾ ਮੇਰਾ ਸ਼ਹਿਰ ਹੈ, ਮੈਂ ਉੱਥੇ ਨੌਕਰੀ ਕੀਤੀ ਹੈ, ਉੱਥੇ ਮੇਰਾ ਹੁਣ ਮਕਾਨ ਹੈ, ਚਾਹੇ ਮੇਰੀ ਖੇਤੀਬਾੜੀ ਜਾਂ ਮੇਰਾ ਪਿੰਡ ਬਿਲਕੁਲ ਨਾਲ ਹੈ। ਅੱਛਾ ਜੀ। ਅਤੇ ਉੱਥੇ ਹੀ ਅਸੀਂ ਕਮਰ ਚੌਹਾਨ ਸਾਡੇ ਵੱਡੇ ਸ਼ਾਇਰ ਅਤੇ ਗੁਰਦੇਵ ਨਿਰਧਨ ਉਰਦੂ ਦੇ ਸ਼ਾਇਰ, ਪ੍ਰੋਫੈਸਰ ਆਜ਼ਾਦ ਗੁਲਾਟੀ ਅਤੇ ਇਹ ਸਾਰੇ ਨਾਭੇ ਨਾਲ ਜੁੜੇ ਹੋਏ ਨੇ। ਨਾਭੇ ਅਸੀਂ ਇਹਨਾਂ ਤੋਂ ਪੜ੍ਹਦੇ ਰਹੇ ਹਾਂ, ਇਹਨਾਂ ਦੀਆਂ ਸਭਾਵਾਂ 'ਚ ਜਾਂਦੇ ਰਹੇ, ਉੱਥੇ ਹੀ ਹੌਲੀ ਹੌਲੀ ਚਿੱਟਕ ਲੱਗ ਗਈ ਹੈ ਸਾਨੂੰ ਵੀ, ਅਸੀਂ ਕਵਿਤਾ 'ਚ ਰਿਟਣ ਲੱਗ ਪਏ ਅਤੇ ਬੈਂਕ ਦੀ ਨੌਕਰੀ। ਹਾਂ, ਬਹੁਤ ਸਾਰੇ ਲੋਕ ਮੈਨੂੰ ਇਹ ਵੀ ਬੈਂਕ ਦਾ ਕੰਮ ਤਾਂ ਕਵਿਤਾ ਨਾਲ ਦਾ ਇਹਦਾ ਸਿੱਧਾ ਨੇੜੇ ਤੇੜੇ ਵੀ ਨਹੀਂ ਹੈ। ਅਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਹੁੰਦਾ ਵੀ ਇਹ ਸਾਰੀ ਸੰਵੇਦਨਾ ਦੀ ਗੱਲ ਹੈ, ਅਹਿਸਾਸ ਦੀ ਗੱਲ ਹੈ। ਅਸੀਂ ਜਦੋਂ ਸਾਡੇ ਕੋਲ ਸਾਡੇ ਜਿਹੜਾ ਕਵੀਆਂ ਦਾ ਮਨ ਹੁੰਦਾ ਨਾ, ਬਹੁਤ ਸੰਵੇਦਨਸ਼ੀਲ ਹੁੰਦਾ, ਅਸੀਂ ਕਿਸੇ ਵੀ ਹਾਦਸੇ ਨੂੰ, ਕਿਸੇ ਵੀ ਗੱਲਬਾਤ ਨੂੰ ਅਸੀਂ ਹੋਊ ਪਰੇ ਕਹਿ ਕੇ ਨਹੀਂ ਟਾਲ ਸਕਦੇ, ਉਹ ਸਾਡੇ 'ਤੇ ਹਰ ਕੋਈ ਘਟਨਾ ਅਸਰ ਕਰ ਜਾਂਦੀ ਹੈ। ਸਹੀ ਗੱਲ। ਅਤੇ ਅਸੀਂ ਇਹ ਸੋਚਣ ਲੱਗ ਜਾਂਦੇ ਹਾਂ ਕਿ ਇੱਦਾਂ ਕਿਉਂ ਵਾਪਰਿਆ, ਐਂ ਕਿਉਂ, ਜਦੋਂ ਕਿ ਆਮ ਆਦਮੀ ਇਹ ਨਹੀਂ ਸੋਚਦਾ, ਉਹ ਕੋਲ ਦੇ ਲੰਘ ਜਾਂਦਾ। ਪਰ ਸਾਨੂੰ ਪਰਮਾਤਮਾ ਨੇ ਜਿਵੇਂ ਕਹਿੰਦੇ ਨੇ ਨਾ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਸਾਰਿਆਂ ਨੂੰ ਦਿੱਤਾ, ਪਰ ਸਾਨੂੰ ਸੰਵੇਦਨਸ਼ੀਲ ਲੋਕਾਂ ਨੂੰ ਨੇਚਰ ਨੇ ਇੱਕ ਕਰੁਣਾ ਦਿੱਤੀ ਹੈ, ਤਰਸ ਦਿੱਤਾ ਸਾਨੂੰ ਹਰ ਗੱਲ 'ਚ, ਅਸੀਂ ਤਰਸ ਦੇਖਦੇ ਹਾਂ, ਸੰਵੇਦਨਾ ਦਿੱਤੀ ਹੈ, ਸੈਂਸੀਬਿਲਿਟੀ ਦਿੱਤੀ ਹੈ, ਉਹਦੇ ਉਹੀ ਸਭ ਤੋਂ ਕਵਿਤਾ ਲਿਖਵਾਉਂਦੀ ਹੈ। ਅਤੇ ਅਸੀਂ ਕੋਲ ਦੀ ਅੱਖਾਂ ਮੀਚ ਕੇ ਕਿਸੇ ਵੀ ਹਾਦਸੇ ਤੋਂ, ਚਾਹੇ ਉਹ ਚੰਗਾ ਜਾਂ ਮਾੜਾ, ਉਹਦੇ ਕੋਲੋਂ ਅੱਖਾਂ ਬੰਦ ਕਰਕੇ ਲੰਘ ਨਹੀਂ ਸਕਦੇ, ਅਸੀਂ ਉਹਨੂੰ ਕੈਚ ਕਰ ਲੈਂਦੇ ਹਾਂ, ਉਹਨਾਂ ਨੂੰ ਫਿਰ ਆਪਣੇ ਸ਼ਬਦਾਂ 'ਚ ਪੇਸ਼ ਕਰਨ ਦਾ ਯਤਨ ਕਰ। ਅੱਛਾ, ਬੈਂਕ ਬਾਰੇ ਜਦੋਂ ਮੈਨੂੰ ਪਤਾ ਲੱਗਿਆ ਵੀ ਤੁਸੀਂ ਬੈਂਕ ਦੇ ਵਿੱਚ ਇੰਨੇ ਸਾਲ ਨੌਕਰੀ ਕੀਤੀ ਹੈ, ਹੁਣ ਮਾਹੌਲ ਬਦਲ ਗਿਆ ਹੈ ਨਾ, ਹੁਣ ਪ੍ਰਾਈਵੇਟ ਬੈਂਕਾਂ ਹੋਰ ਬਹੁਤ ਕੁਛ ਆਉਣ ਲੱਗ ਪਿਆ, ਨਵੇਂ ਜਿਹੜੇ ਬੱਚੇ ਨੇ ਸਾਡੇ ਉਹ ਨੌਕਰੀਆਂ ਕਰਨ ਲੱਗ ਗਏ ਬੈਂਕਾਂ 'ਚ, ਉਹਨਾਂ ਦਾ ਬੋਲਚਾਲ ਦਾ ਤਰੀਕਾ, ਤੁਹਾਨੂੰ ਸਰਵਿਸ ਦੇਣ ਦਾ ਜਿਹੜਾ ਤਰੀਕਾ ਵੱਖਰਾ ਹੋ ਗਿਆ। ਪਰ ਪਹਿਲਾਂ ਲੋਕਾਂ ਨੂੰ ਬੈਂਕਾਂ ਦੇ ਪ੍ਰਤੀ ਬੜੀਆਂ ਸ਼ਿਕਾਇਤਾਂ ਰਹੀਆਂ ਨੇ, ਸਾਡੇ ਆਪ ਇੱਧਰੋਂ ਜਾ ਕੇ ਬੜੇ ਮਾੜੇ ਅਨੁਭਵ ਉੱਥੇ ਰਹਿੰਦੇ ਰਹੇ ਹੈ ਨਾ, ਤੇ ਇਹ ਬੜਾ ਕੁਛ ਦੇਖਦੇ ਹੋਵੋਗੇ ਤੁਸੀਂ। ਦੋ ਕਾਰਨ, ਦੋ ਕਾਰਨ ਨੇ ਇਹਦੇ, ਇੱਕ ਤਾਂ ਇਹ ਕਿ ਜਿਹੜਾ ਉਦੋਂ ਜਿੰਨਾ ਵੀ
ਕੰਮਕਾਰ ਹੁੰਦਾ ਸੀ ਨਾ ਉਹ ਰਜਿਸਟਰਾਂ 'ਚ ਹੁੰਦਾ ਸੀ, ਸਾਡੀਆਂ ਲੈਜਰਾਂ 'ਚ ਹੁੰਦਾ ਸੀ, ਠੀਕ ਹੈ ਨਾ, ਲਿਖਤੀ ਰੂਪ 'ਚ ਹੁੰਦਾ, ਲਿਖਤੀ ਰੂਪ 'ਚ ਹੁੰਦਾ ਸੀ। ਜਦੋਂ ਅਸੀਂ ਪੈਨ ਨਾਲ ਲਿਖਤੀ ਰੂਪ 'ਚ ਕੰਮ ਕਰਾਂਗੇ ਨਾ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਆਉਂਦੀਆਂ, ਬੈਲੈਂਸ ਹੀ ਨਹੀਂ ਮਿਲਦੇ ਸੀ ਲੋਕਾਂ ਦੇ ਖਾਤਿਆਂ 'ਚ, ਡੈਬਿਟ ਕ੍ਰੈਡਿਟ 'ਚ ਫਰਕ ਪੈ ਜਾਂਦਾ ਸੀ, ਫਿਰ ਡੇ ਬੁੱਕ ਨਹੀਂ ਮਿਲਦੀ ਸੀ, ਬੜਾ ਅੱਧੀ ਅੱਧੀ ਰਾਤ ਤੱਕ ਅਸੀਂ ਬੈਠੇ ਮੱਥਾ ਮਾਰੀ ਜਾਂਦੇ ਸੀ। ਉਹ ਉੱਥੇ ਬਹੁਤ ਲੋਕਾਂ ਨੂੰ ਦਿੱਕਤ ਆਉਂਦੀ ਸੀ। ਫਿਰ ਦੂਸਰੀ ਗੱਲ ਹੈ, ਬ੍ਰਾਂਚਾਂ ਬੜੀਆਂ ਘੱਟ ਹੁੰਦੀਆਂ ਸੀ, ਬ੍ਰਾਂਚਾਂ ਘੱਟ ਹੋਣ ਕਰਕੇ ਲਾਈਨਾਂ ਲੱਗ ਜਾਂਦੀਆਂ ਸੀ, ਕਾਰਜ ਬੜੇ ਵੱਖਰੀ ਤਰ੍ਹਾਂ ਦੇ ਹੁੰਦੇ ਸੀ। ਹੁਣ ਤਾਂ ਇੱਕੋ ਕਲਰਕ ਜਾਂ ਅਫਸਰ ਬੈਠਾ ਹਰ ਕੰਮ ਕਰੀ ਜਾਂਦਾ, ਸੇਵਿੰਗ ਦਾ ਵੀ ਕਰ ਲੈਂਦਾ, ਫਿਕਸਡ ਡਿਪੋਜ਼ਿਟ ਦਾ ਵੀ ਕਰ ਲੈਂਦਾ, ਲੋਨ ਦਾ ਵੀ ਨਾਲ ਕਰੀ ਜਾਂਦਾ, ਉਹ ਸਾਰਾ ਕੁਛ ਉੱਥੇ ਚੱਲੀ ਜਾਂਦਾ ਕੰਮ। ਪਰ ਉਹਨਾਂ ਵੇਲਿਆਂ 'ਚ ਸਾਰੇ ਬੜੇ ਬਹੁਤ ਨਫ਼ਰੀ ਹੁੰਦੀ ਸੀ ਸਾਡੀ, ਤੇ ਹੁਣ ਬਹੁਤ ਥੋੜੇ ਬੰਦੇ। ਇਹ ਫੇ ਫਰਸਟ੍ਰੇਸ਼ਨ ਹੁੰਦੀ ਸੀ ਉੱਥੇ ਕਰਮਚਾਰੀਆਂ ਦੀ ਜਿਹੜੀ ਲੋਕਾਂ ਦੇ ਝਾੜਦੇ ਸੀ। ਹਾਂ, ਬੜਾ ਔਖਾ, ਬੜਾ ਔਖਾ ਹੁੰਦਾ ਸੀ ਕੰਮ ਕਰਨਾ, ਸੱਚੀ ਗੱਲ ਹੈ। ਲੈਦਰਾਂ 'ਚ ਕੰਮ ਕਰਨਾ, ਬੈਲੈਂਸ ਮਿਲਾਉਣਾ, ਡੇ ਬੁੱਕ ਮਿਲਾਉਣੀ, ਇਹ ਬੜਾ ਲੰਮਾ ਚੌੜਾ ਕੰਮ ਹੁੰਦਾ ਸੀਗਾ। ਤੇ ਦੂਸਰੀ ਗੱਲ ਇਹ ਹੈ ਵੀ ਇਹ ਤੁਸੀਂ ਪੱਖ ਲੈ ਰਹੇ ਹੋ ਉਹਨਾਂ ਦਾ? ਨਹੀਂ, ਪੱਖ ਵਾਲੀ ਗੱਲ ਨਹੀਂ ਹੈਗੀ, ਮੈਂ ਤੁਹਾਨੂੰ ਦੱਸਦਾ। ਮੈਂ ਤਾਂ ਸਗੋਂ ਬੜਾ, ਮੈਂ ਤੁਹਾਨੂੰ ਦੱਸਦਾ ਹੁਣ ਇੱਕ ਗੱਲ ਬੜੀ, ਤੁਸੀਂ ਬੈਂਕ ਦੀ ਉਹ ਗੱਲ ਤੋਰ ਲਈ, ਠੀਕ ਹੈ ਨਾ, ਮੈਨੂੰ ਇਸ ਵਾਰ ਬਹੁਤ ਆਉਂਦੇ ਨੇ ਯਾਰ, ਬੜੀ ਬੈਂਕਾਂ ਦਾ ਤਾਂ ਜਮੇ ਰੁੱਖਾ ਪਣ ਜਿਹਾ ਹੁੰਦਾ ਹੈ ਨਾ ਜੀ, ਸਹੀ ਹੈ। ਤੇ ਕਵਿਤਾ ਬੜੀ ਬੜੀ ਕੋਮਲ ਜਿਹੀ ਚੀਜ਼ ਹੈ, ਇਹ ਕਿਵੇਂ ਤੁਸੀਂ ਮਿਕਸ ਕਿਵੇਂ ਕਰ ਦਿੰਦੇ ਹੋ। ਪਰ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਸੰਵੇਦਨਾ ਹੈ, ਫਿਰ ਤੁਸੀਂ ਨਾ ਜਿਹੜੇ ਹਿੰਦਸਿਆਂ ਨੂੰ ਵੀ ਸ਼ਬਦ ਬਣਾ ਸਕਦੇ ਹੋ, ਠੀਕ ਹੈ ਨਾ। ਹੁਣ ਇੱਕ ਗੱਲ ਮੈਂ ਤੁਹਾਨੂੰ ਸੁਣਾਉਣਾ, ਮੈਂ ਬੈਠਾ ਸੀ ਕਾਊਂਟਰ 'ਤੇ, ਇੱਕ ਮਾਈ ਆਉਂਦੀ, ਮੇਰੀ ਬੁਢਾਪਾ ਪੈਨਸ਼ਨ ਆ ਗਈ ਜੀ, ਮਾਈ ਆਏ ਨਹੀਂ, ਬੜੀ ਉਦਾਸ ਜਿਹੀ ਹੋ ਕੇ ਚਲੀ ਜਾਂਦੀ, ਬੁਢਾਪਾ 250 ਰੁਪਈਆ ਹੁੰਦੀ ਸੀ ਬੁਢਾਪਾ ਪੈਨਸ਼ਨ। ਅਤੇ ਫਿਰ ਆਉਂਦੀ ਉਹ ਦੂਏ ਤੀਏ ਦਿਨ, ਹੁਣ ਮੇਰੀ ਆ ਗਈ ਜੀ ਬੁਢਾਪਾ ਪੈਨਸ਼ਨ, ਅਤੇ ਉਹ ਮੈਂ ਫਿਰ ਕਹਿਣਾ ਵੀ ਨਹੀਂ ਆਈ। ਤੀਸਰੀ ਵਾਰ ਮੈਂ ਪਹਿਲੇ, ਮਾਤਾ ਆ ਜਾ ਤੇਰੀ ਪੈਨਸ਼ਨ ਆ ਗਈ ਹੈ, ਮੈਂ ਹਾਕ ਮਾਰ ਕੇ ਉਹਨੂੰ ਕਹਿਣਾ ਤੇਰੀ ਪੈਨਸ਼ਨ ਆ ਗਈ 250 ਰੁਪਈਆ ਮਹੀਨਾ ਹੈ ਜਿਹੜੀ ਤੈਨੂੰ ਮਿਲਦੀ ਹੈ। ਅਤੇ ਉਹ ਮਾਤਾ ਦੀਆਂ ਅੱਖਾਂ ਦੇ ਵਿੱਚ ਜਿਹੜੀ ਛਿਣ ਭਗ ਰਹੀ ਲਿਸ਼ਕ ਹੈ ਨਾ, ਲਿਸ਼ਕ ਖੁਸ਼ੀ ਚਮਕ ਆ ਗਈ, ਉਹ ਮੈਨੂੰ ਕਵਿਤਾ ਤੱਕ ਲੈ ਜਾਂਦੀ ਸੀ। ਕੀ ਬਾਤ ਹੈ ਵੀ ਯਾਰ, ਦੇਖੋ 250 ਰੁਪਈਆ ਤਾਂ 250 ਹੈ, ਤੇ 250 ਰੁਪਏ ਦੀ ਉਹਨੂੰ ਕਿੰਨੀ ਖੁਸ਼ੀ ਹੋਈ ਹੈ ਮੇਰਾ 250 ਰੁਪਈਆ ਪੈਨਸ਼ਨ ਦਾ ਆ ਗਿਆ। ਤੇ ਉਹਦੀਆਂ ਅੱਖਾਂ 'ਚ ਦੇਖ ਕੇ ਨਾ ਮੈਨੂੰ ਇਹ ਲੱਗਦਾ ਹੁੰਦਾ ਵੀ ਇੱਥੋਂ ਇੱਥੇ ਕਵਿਤਾ ਪਈ ਹੈ, ਤੇ ਇੱਥੋਂ ਇਸੇ ਤਰ੍ਹਾਂ ਕਵਿਤਾ ਨਿਕਲਦੀ ਹੈ ਜਦੋਂ ਅਸੀਂ ਸੰਵੇਦਨਾ ਕਸਟਮਰ ਨਾਲ ਜੋੜਦੇ ਹਾਂ। ਇੱਕ ਮੈਂ ਘਟਨਾ ਹੋਰ ਤੁਹਾਨੂੰ ਸੁਣਾਉਣਾ, ਲੋਨ ਦੀ ਸੀਟ 'ਤੇ ਮੈਂ ਬਹੁਤ ਅਫਸਰ ਬਣ ਕੇ ਬੈਠਾ ਰਿਹਾ। ਅੱਛਾ, ਸਾਡੇ ਉੱਥੇ ਤੁਸੀਂ ਜਾਣਦੇ ਹੋਵੋਗੇ ਕਿ ਲੋਕ ਕੀ ਕਰਦੇ ਨੇ, ਕਿਸਾਨ ਟੁੱਟੇ ਹੋਏ ਬਹੁਤ ਨੇ, ਕਰਜ਼ਾਈ ਨੇ, ਟਰੈਕਟਰ ਲੈ ਲਿਆ, ਸਾਰੀ ਜ਼ਮੀਨ ਬੈਂਕ ਕੋਲ ਗਹਿਣੇ ਧਰ ਕੇ ਟਰੈਕਟਰ ਲੈ ਲਿਆ, 5 ਲੱਖ ਦਾ ਟਰੈਕਟਰ ਲੋਨ ਲੈ ਲਿਆ ਉਹਨਾਂ ਨੇ। ਇਹ ਕੀ ਕਰਦੇ ਸੀ, ਲੋਨ ਤਾਂ ਹੁਣ 10 ਸਾਲਾਂ 'ਚ ਮੁੜਨਾ, ਲੰਮਾ ਸਮਾਂ ਕਿਸ਼ਤਾਂ ਬਣ ਜਾਂਦੀਆਂ ਨੇ, ਟੁੱਟਿਆ ਕਿਸਾਨ ਉਸੇ ਦਿਨ ਮੈਂ ਦੇਖਿਆ, ਉਸੇ ਦਿਨ ਟਰੈਕਟਰ ਲੈ ਕੇ ਮੋਗੇ ਦੀ ਮੰਡੀ ਲੱਗਦੀ ਹੈ, ਇੱਕ ਟਰੈਕਟਰਾਂ ਦੀ ਮੰਡੀ, ਉੱਥੇ 5 ਲੱਖ ਦਾ ਟਰੈਕਟਰ ਅਗਲੇ ਹੀ ਦਿਨ 4 ਲੱਖ 'ਚ ਵੇਚ ਆਉਂਦਾ, ਕਿਉਂਕਿ ਉੱਥੇ ਉਹਨੂੰ ਕੈਸ਼ ਮਿਲਣਾ 4 ਲੱਖ, ਉਹ ਵੀ ਚਲੋ ਕਿਸ਼ਤਾਂ ਤਾਂ ਹੌਲੀ ਹੌਲੀ ਨਿਕਲ ਜਾਣਗੀਆਂ। ਅਤੇ ਜਦੋਂ ਇਸ ਤਰ੍ਹਾਂ ਦੇ ਹਾਦਸੇ ਨਿਕਲਦੇ ਨੇ, ਫਿਰ ਮੇਰੀ ਕਵਿਤਾ ਨਿਕਲੀ ਸੀ ਵੀ ਲਹਿ ਲਹਾਉਂਦੀਆਂ ਫਸਲਾਂ ਆਪਣੀ ਹਰਿਆਵਲ ਤੋਂ ਖੌਫ ਖਾਂਦੀਆਂ, ਮੰਡੀ ਗਏ ਟਰੈਕਟਰ ਕਾਗਜ਼ਾਂ ਦਾ ਰੁੱਗ ਹੋ ਪਰਤਦੇ, ਠੀਕ ਹੈ ਨਾ। ਇੱਕ ਹੋਰ ਇਹਦੇ ਨਾਲ ਹੀ ਮੈਂ ਜੋੜੀ ਸੀ ਕਵਿਤਾ, ਉਹਦੇ ਵਿੱਚ ਐਡ ਕੀਤੀ ਸੀ ਮਹਾਕਮਣੀ 'ਚ, ਕਿ ਮਿੱਟੀ ਨੂੰ ਕੀ ਹੋ ਗਿਆ ਗੁਰਦੇਵ, ਸਦਰਾਂ ਬੀਜੀਏ ਖੁਦਕਸ਼ੀ ਉੱਗਦੀ, ਲਹੂ ਬੀਜੀਏ ਜ਼ਹਿਰ ਉੱਗਦੀ, ਦਾਣੇ ਬੀਜੀਏ ਭੁੱਖ ਉੱਗਦੀ, ਬੱਲੀਆਂ ਚੁੱਕ ਚੁੱਕ ਜਾਣ ਕਰਜ਼ੇ ਦੇ ਭਾਰ ਹੇਠ, ਬੋਹੜ ਰੇਤ ਹੋ ਜਾਣ ਸ਼ਾਹੂਕਾਰ ਦੀ ਬਾਜ ਤੱਕਣੀ ਨਾਲ, ਲਾਲ ਵਹੀ ਦੇ ਅੰਕੜੇ ਪਹਿਲਾਂ ਅਮੀਬੇ ਫਿਰ ਡਾਇਨਾਸੌਰ ਹੋ ਗਏ, ਲਾਲ ਵਹੀ ਜਿਹੜੀ ਆੜਤੀਆਂ ਕੋਲ ਜਾਂ ਬੈਂਕਾਂ ਕੋਲ ਹੈ, ਮੈਂ ਵੀ ਕਹਿ ਦੇਣਾ ਸਿੱਧੀ ਕਿਉਂਕਿ ਅਸੀਂ ਵੀ ਤਾਂ ਕਰਜ਼ਾ ਦਿੰਦੇ ਹਾਂ, ਲਾਲ ਵਹੀ ਦੇ ਅੰਕੜੇ ਪਹਿਲਾਂ ਅਮੀਬੇ ਫਿਰ ਡਾਇਨਾਸੌਰ ਹੋ ਗਏ, ਹਾਲੀਆਂ ਦੇ ਡੌਲਿਆਂ ਤੇ ਨੱਚਦੇ ਮੋਰ ਕਿੰਨੇ ਕਮਜ਼ੋਰ ਹੋ ਗਏ, ਉਹਨਾਂ ਤਾਂ ਦਾਣਿਆਂ ਦੇ ਨਾਲ ਬੀਜੀ ਸੀ ਮਿਰਜ਼ੇ ਦੀ ਹੇਕ ਵੀ, ਦਾਣਿਆਂ ਦੇ ਪਰਾਏ ਹੁੰਦੇ ਆ ਹੇਕ ਵਿਚਲਾ ਮਿਰਜ਼ਾ ਵੀ ਖੁਦਕਸ਼ੀ ਕਰ ਗਿਆ ਆਪਣੇ ਹੀ ਤੀਰ ਨਾਲ, ਕਿਸੇ ਪਤਾਲ ਦੇਸ਼ ਤੋਂ ਉੱਠਿਆ ਲਾਵਾ ਕਰ ਗਿਆ ਪੈਣਾ ਇਸ ਮਿੱਟੀ 'ਚ, ਪਤਾਲ ਦੇਸ਼ ਅਸੀਂ ਜਿੱਥੋਂ ਆ ਤੁਹਾਡੇ ਬੀਜ ਆ ਨਵੇਂ ਬੀਜ ਆਏ ਨੇ, ਅਸੀਂ ਅਮੈਰੀਕਾ ਨੂੰ ਕਹਿੰਦੇ ਹਾਂ ਪਤਾਲ ਦੇਸ਼, ਕਿਸੇ ਪਤਾਲ ਦੇਸ਼ 'ਚ ਉੱਠਿਆ ਕਰ ਗਿਆ ਪੈਣਾ ਇਸ ਮਿੱਟੀ 'ਚ, ਉਸ ਲਾਵੇ ਦੀ ਹਬਸ ਇੰਨੀ ਕਿ ਦਾਣੇ ਉੱਗਣਾ ਭੁੱਲ ਗਏ, ਜੇ ਉੱਗੇ ਤਾਂ ਰੋਟੀ 'ਚ ਬਦਲਣਾ ਵਿਸਰ ਗਏ।
ਬੱਲੀਆਂ 'ਚ ਰੋਟੀ ਨਹੀਂ ਪੀਜ਼ੇ ਬੋਲਦੇ ਠਰੇ ਚੁੱਲ੍ਹਿਆਂ ਨੂੰ ਸਮਝ ਨਹੀਂ ਆਉਂਦੀ ਪੀਜ਼ਿਆਂ ਦੀ ਭਾਸ਼ਾ ਕੀ ਬਾਤ ਹੈ ਕੀ ਬਾਤ ਹੈ ਦੁੱਧ ਦੀਆਂ ਧਾਰਾਂ ਬਟਰ ਚੀਜ਼ ਬਣਦੀਆਂ ਤੇ ਵਿੱਥ ਸਿਰਜ ਲੈਂਦੀਆਂ ਲੱਸੀ ਪੀਣੇ ਹਾਲੀਆਂ ਪਾਲੀਆਂ ਤੋਂ ਰੂੜੀਆਂ ਤੇ ਰੁੜਦੀ ਸਦਰਾਂ ਦੀ ਲੋਗੜੀ ਮਲਿਆ ਚੁੱਲ ਜੇ ਸ਼ਗਨਾਂ ਦੇ ਕਲੀਰੇ ਮਿੱਟੀ ਨੂੰ ਕੀ ਹੋ ਗਿਆ ਗੁਰਦੇਵ ਸਦਰਾਂ ਬੀਜੀਏ ਖੁਦਕਸ਼ੀ ਉੱਗਦੀ ਲਹੂ ਬੀਜੀਏ ਜ਼ਹਿਰ ਉੱਗਦੀ ਤੇ ਦਾਣੇ ਬੀਜੀਏ ਭੁੱਖ ਉੱਗਦੀ ਭੁੱਖ ਉੱਗਦੀ ਕੀ ਬਾਤ ਹੈ ਕੀ ਬਾਤ ਹੈ ਸੋ ਕਿਸਾਨੀ ਦੇ ਬੜੇ ਮਸਲੇ ਨੇ ਬਹੁਤ ਹੀ ਵਧੀਆ ਬਹੁਤ ਵਧੀਆ ਜੀ ਅੱਛਾ ਤੁਸੀਂ ਅੰਤਰਰਾਸ਼ਟਰੀ ਜਿਹੜੇ ਸੰਮੇਲਨ ਨੇ ਜਾਂ ਕਾਨਫਰੰਸਿਸ ਨੇ ਉਹਨਾਂ 'ਚ ਵੀ ਜਾਂਦੇ ਰਹਿੰਦੇ ਹੋ ਕਾਫੀ ਤੇ ਉਹ ਜਿਹੜਾ ਪ੍ਰਵਾਸ ਦਾ ਸਾਹਿਤ ਹੈ ਜਾਂ ਜਿਹੜਾ ਇਹ ਪ੍ਰਭਾਵ ਹੈ ਜਾਂ ਤੁਸੀਂ ਉੱਥੇ ਲੈ ਕੇ ਜਾਂਦੇ ਹੋ ਫਿਰ ਡਿਸਕਸ ਕਰਦੇ ਹੋਵੋਗੇ ਹੈ ਨਾ ਇਹ ਤਬਾਦਲਾ ਹੁੰਦਾ ਵਿਚਾਰਾਂ ਦਾ ਹੈ ਨਾ ਤੁਹਾਡੇ ਵਰਗੇ ਇਨਸਾਨ ਕਰਦੇ ਨੇ ਜਾ ਕੇ ਤੇ ਉਹਦੇ ਨਾਲ ਕੀ ਬਦਲਾਵ ਦੇਖਦੇ ਹੋ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਥੈਂਕ ਯੂ ਪਹਿਲੀ ਗੱਲ ਤਾਂ ਨਾ ਮੈਂ ਕਦੇ ਵੀ ਟੋਟਲੀ ਜਿੰਨਾ ਵੀ ਆਪਣਾ ਸਾਹਿਤ ਹੈ ਉਹਨੂੰ ਪ੍ਰਵਾਸੀ ਸਾਹਿਤ ਕਹਿ ਕੇ ਮੈਂ ਕਦੇ ਬੁਲਾਉਣਾ ਨਹੀਂ ਚਾਹੁੰਦਾ ਵੀ ਇਹ ਪ੍ਰਵਾਸੀ ਸਾਹਿਤ ਹੈ ਤੁਸੀਂ ਇੱਥੇ ਬੈਠੇ ਸਾਡੇ ਉੱਥੇ ਵਾਲੀਆਂ ਬੀਬੀਆਂ ਨਾਲੋਂ ਵੀ ਪੰਜਾਬ ਦੀਆਂ ਗੱਲਾਂ ਵਧੀਆ ਕਰ ਰਹੇ ਹੋ ਜਾਂ ਸਾਡੀ ਪੰਜਾਬੀ ਦੀਆਂ ਜਾਂ ਪੰਜਾਬੀਅਤ ਦੀਆਂ ਗੱਲਾਂ ਕਰ ਰਹੇ ਹੋ ਮੈਂ ਇਹਨੂੰ ਪ੍ਰਵਾਸ ਨਹੀਂ ਕਹਿੰਦਾ ਫਿਰ ਅਗਲੀ ਗੱਲ ਸਾਡੇ ਜਿੰਨੇ ਵੀ ਪ੍ਰਵਾਸੀ ਲੇਖਕ ਇੱਥੇ ਬੈਠੇ ਨੇ ਜਿੰਨੇ ਵੀ ਪ੍ਰਵਾਸੀ ਲੇਖਕ ਇੱਥੇ ਬੈਠੇ ਨੇ ਉਹ ਉਨੇ ਗੰਭੀਰਤਾ ਨਾਲ ਇੱਥੋਂ ਦੇ ਮਸਲਿਆਂ ਨੂੰ ਨਹੀਂ ਆਪਣੀਆਂ ਲਿਖਤਾਂ 'ਚ ਪੇਸ਼ ਕਰਦੇ ਜਿੰਨੇ ਉੱਥੇ ਸਾਡੇ ਮਸਲਿਆਂ ਨੂੰ ਪੇਸ਼ ਕਰਦੇ ਨੇ ਉਹਨਾਂ ਦੇ ਅੰਦਰੋਂ ਉਹ ਪੰਜਾਬ ਨਹੀਂ ਗਿਆ ਉੱਥੋਂ ਦੇ ਦੁੱਖ ਨਹੀਂ ਗਏ ਹੁਣ ਵੀ ਤੁਸੀਂ ਦੇਖੋਗੇ ਆਪਣੇ ਇੱਥੇ ਦੇ ਪੰਜਾਬੀ ਘਰਾਂ ਦੇ ਵਿੱਚ ਉੱਥੇ ਵਾਲੇ ਚੈਨਲ ਚੱਲ ਰਹੇ ਨੇ ਠੀਕ ਹੈ ਨੇ ਉਹ ਉੱਥੇ ਦੀ ਖਬਰ ਰੱਖਦੇ ਨੇ ਪੰਜਾਬ 'ਚ ਕੀ ਹੋ ਰਿਹਾ ਚੰਗਾ ਕੀ ਹੋ ਰਿਹਾ ਮਾੜਾ ਕੀ ਹੋ ਰਿਹਾ ਨਸ਼ਿਆਂ ਦਾ ਕੀ ਹਾਲ ਹੈ ਜੀ ਔਰਤਾਂ ਦਾ ਕੀ ਹਾਲ ਹੈ ਮੇਰਾ ਕਹਿਣ ਦਾ ਮਤਲਬ ਨਾ ਇਹ ਕਾਹਦਾ ਪ੍ਰਵਾਸ ਹੈ ਜੇ ਤੁਹਾਨੂੰ ਫਿਕਰ ਤਾਂ ਸਾਡੇ ਪੰਜਾਬ ਦੀ ਹੈ ਤੁਹਾਨੂੰ ਮੈਂ ਤਾਂ ਇਹ ਕਹਿ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਇਹ ਸਾਨੂੰ ਲਫ਼ਜ਼ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਤੁਸੀਂ ਵਰਤਦੇ ਨਹੀਂ ਸਾਨੂੰ ਵੀ ਬਦਲਣਾ ਪਏਗਾ ਚੇਂਜ ਕਰਨਾ ਪਏਗਾ ਹੁਣ ਆਪਾਂ ਬੈਠੇ ਹਾਂ ਇੱਥੇ ਪੌਣਾ ਘੰਟਾ ਆਪਾਂ ਗੱਲਬਾਤ ਕਰਨੀ ਹੈ ਮੈਨੂੰ ਲੱਗਦਾ ਵੀ ਜਿੱਥੋਂ ਤਾਈਂ ਆਪਾਂ 35-40 ਮਿੰਟ ਉੱਥੋਂ ਦੀਆਂ ਗੱਲਾਂ ਕਰਾਂਗੇ ਕਰਾਂਗੇ ਜੀ ਹੈ ਨਾ ਬਿਲਕੁਲ ਬਿਲਕੁਲ 5 ਕੁ ਮਿੰਟ ਭਾਵੇਂ ਹੋਣਗੇ ਜੇ ਮੈਂ ਇੱਥੋਂ ਦਾ ਸਵਾਲ ਤੁਸੀਂ ਵੀ ਮੈਨੂੰ ਉੱਥੋਂ ਦੀ ਜ਼ਿਆਦਾ ਸਵਾਲ ਪੁੱਛੋਗੇ ਕਿਉਂਕਿ ਮੈਨੂੰ ਚੰਗਾ ਲੱਗ ਰਿਹਾ ਹਾਂ ਠੀਕ ਹੈ ਕਿਉਂਕਿ ਮੈਨੂੰ ਚੰਗਾ ਲੱਗ ਰਿਹਾ ਵਧੀਆ ਲੱਗ ਰਿਹਾ ਔਰ ਇਹ ਆਪਣਾ ਚੈਨਲ ਜਾ ਵੀ ਦੁਨੀਆ ਭਰ ਦੇ ਵਿੱਚ ਰਿਹਾ ਹੈ ਨਾ ਉੱਥੇ ਵੀ ਇੰਡੀਆ ਵਾਲੇ ਵੀ ਦੇਖਦੇ ਆ ਇਹਨੂੰ ਸਾਰੇ ਦੇਖਦੇ ਤੇ ਇਸ ਕਰਕੇ ਮਤਲਬ ਹਮੇਸ਼ਾ ਵਧੀਆ ਲੱਗਦਾ ਪਰ ਇਹ ਜਿਹੜੇ ਸੰਮੇਲਨ ਨੇ ਜਾਂ ਕਾਨਫਰੰਸਿਸ ਨੇ ਫਿਰ ਵੀ ਮੈਨੂੰ ਲੱਗਦਾ ਵੀ ਇਹ ਇੱਕ ਹੋਰ ਸਵੱਬ ਬਣ ਜਾਂਦਾ ਜਦੋਂ ਅਸੀਂ ਇਕੱਠੇ ਹੋ ਕੇ ਬੈਠਦੇ ਹਾਂ ਜਿਵੇਂ ਤੁਸੀਂ ਕਿਹਾ ਵੀ ਹੁਣੇ ਤੁਸੀਂ ਅਮਰੀਕਾ ਤੋਂ ਆਏ ਇਹਦਾ ਸਾਨੂੰ ਥੋੜਾ ਜਿਹਾ ਇਹਨਾਂ ਕਾਨਫਰੰਸਾਂ ਤੋਂ ਇੱਕ ਤਾਂ ਸਾਨੂੰ ਇਹ ਫਾਇਦਾ ਹੁੰਦਾ ਇੱਥੇ ਵਾਲਿਆਂ ਨੂੰ ਵੀ ਫਾਇਦਾ ਹੁੰਦਾ ਜਿਵੇਂ ਮੈਂ ਹੁਣੇ ਕਾਨਫਰੰਸ ਅਟੈਂਡ ਕਰਕੇ ਆਇਆ ਅਮਰੀਕਾ ਹੁਣ ਉੱਥੇ ਮਤਲਬ ਕਿ ਪ੍ਰਵਾਸੀ ਪੰਜਾਬੀ ਕਵਿਤਾ 'ਤੇ ਪਰਚੇ ਪੜੇ ਗਏ ਵਿਚਾਰ ਚਰਚਾ ਹੋਈ ਇੱਕ ਪੂਰਾ ਸੈਸ਼ਨ ਹੋਇਆ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਇੱਥੋਂ ਦੀ ਪੰਜਾਬੀ ਕਵਿਤਾ ਕਿੱਧਰ ਨੂੰ ਜਾ ਰਹੀ ਹੈ ਜਾਂ ਇੱਥੋਂ ਦੀ ਪੰਜਾਬੀ ਕਵਿਤਾ ਕਿਹੜੇ ਕਿਹੜੇ ਮਸਲਿਆਂ ਫੜ ਰਹੀ ਹੈ ਪਕੜ ਰਹੀ ਹੈ ਇੱਧਰਲੇ ਮਸਲੇ ਕਿਵੇਂ ਪਕੜਦੀ ਹੈ ਉੱਧਰਲੇ ਮਸਲੇ ਕਿਵੇਂ ਪਕੜਦੀ ਹੈ ਅਤੇ ਕੀ ਇੱਥੇ ਕਿਸ ਤਰ੍ਹਾਂ ਦੇ ਘਰਾਂ ਦੇ ਮਸਲੇ ਨੇ ਜਾਂ ਰਿਸ਼ਤਿਆਂ ਦੇ ਮਸਲੇ ਨੇ ਜਾਂ ਪ੍ਰਕਿਰਤੀ ਦੇ ਮਸਲੇ ਨੇ ਜਾਂ ਪੂੰਜੀਵਾਦ ਦੇ ਮਸਲੇ ਨੇ ਉਹ ਪੰਜਾਬੀ ਕਵਿਤਾ 'ਚ ਕਿਸ ਤਰ੍ਹਾਂ ਆ ਰਹੇ ਨੇ ਠੀਕ ਹੈ ਅਤੇ ਉਹਦੇ ਉੱਪਰ ਪੂਰੀ ਡਿਸਕਸ ਹੁੰਦੀ ਹੈ ਅਤੇ ਉੱਥੇ ਕੀ ਹੱਲ ਹੈ ਉੱਥੇ ਕੀ ਹਾਲ ਹੈ ਉਹ ਜਿਹੜਾ ਹਾਲੋ ਬੇਹਾਲ ਚੱਲਦਾ ਕੰਮ ਉਹ ਸਾਰਾ ਕੁਝ ਸਾਡੇ ਸਾਹਮਣੇ ਆ ਜਾਂਦਾ ਇਸੇ ਤਰ੍ਹਾਂ ਫਿਰ ਪੰਜਾਬੀ ਨਾਵਲ ਦੇ ਉੱਪਰ ਆ ਜਾਂਦੇ ਆ ਵੀ ਨਾਵਲ ਦੇ ਵਿੱਚ ਨਵਾਂ ਕੀ ਆ ਰਿਹਾ ਨਾਵਲ ਦੇ ਵਿੱਚ ਪੁਰਾਣਾ ਕੀ ਆ ਰਿਹਾ ਕੀ ਟ੍ਰੈਂਡ ਚੱਲ ਰਿਹਾ ਕਿਸ ਤਰ੍ਹਾਂ ਦੀ ਸ਼ੈਲੀ ਹੈ ਭਾਸ਼ਾ 'ਤੇ ਕੀ ਅਸਰ ਪੈ ਰਿਹਾ ਨਵੇਂ ਜਿਹੜੇ ਲੇਖਕ ਨੇ ਉਹਨਾਂ ਦੀ ਭਾਸ਼ਾ ਕਿਸ ਤਰ੍ਹਾਂ ਦੀ ਬਦਲ ਰਹੀ ਹੈ ਅਤੇ ਸਾਰਾ ਕੁਝ ਸਾਨੂੰ ਜਿਹੜੀਆਂ ਆਲਮੀ ਕਾਨਫਰੰਸਾਂ ਨੇ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਫਿਰ ਸਾਨੂੰ ਇੱਥੋਂ ਦੇ ਦੁੱਖੜਿਆਂ ਦਾ ਪਤਾ ਲੱਗਦਾ ਅਤੇ ਤੁਹਾਨੂੰ ਸਾਡੇ ਉੱਥੇ ਦੇ ਦੁੱਖੜਿਆਂ ਦਾ ਪਤਾ ਲੱਗਦਾ ਉਹ ਦੁੱਖੜੇ ਵੀ ਅਸੀਂ ਐਨ ਫਿਰ ਉੱਥੇ ਆਪਣੇ ਪਰਚਿਆਂ ਦੇ ਵਿੱਚ ਡਿਸਕਸ਼ਨ ਦੇ ਵਿੱਚ ਡਾਇਲਾਗ ਦੇ ਵਿੱਚ ਪ੍ਰਸ਼ਨ ਉੱਤਰ ਦੇ ਵਿੱਚ ਅਸੀਂ ਸਾਂਝੇ ਕਰਦੇ ਹਾਂ ਅਤੇ ਅਸੀਂ ਵੀ ਇੱਥੋਂ ਬਹੁਤ ਕੁਝ ਲੈ ਕੇ ਜਾਂਦੇ ਹਾਂ ਉੱਥੇ ਲਈ ਤਾਂ ਉੱਥੇ ਦੱਸਣ ਵਾਸਤੇ ਅਤੇ ਤੁਸੀਂ ਵੀ ਉੱਥੋਂ ਬਹੁਤ ਕੁਝ ਲੈ ਕੇ ਆਉਂਦੇ ਹੋ ਇੱਥੇ ਦੱਸਣ ਵਾਸਤੇ ਵੀ ਉੱਥੇ ਆਹ ਚੰਗਾ ਇੱਥੇ ਆਹ ਮਾੜਾ ਇੱਥੇ ਆਹ ਚੰਗਾ ਉੱਥੇ ਆਹ ਮਾੜਾ ਇਸ ਕਰਕੇ ਇਹਦੇ ਨਾਲ ਇੱਕ ਚੰਗੀ ਕੋਈ ਇੱਕ ਸੇਧ ਜੀ ਬਣਦੀ ਹੈ ਸਰੋਕਾਰ ਵੀ ਹਾਂ ਸਾਡਾ ਹਾਂ ਬਣਿਆ ਰਹਿੰਦਾ ਹੈ ਤੇ ਇੱਕ ਮੈਨੂੰ ਇਹ ਵੀ ਦੱਸਿਓ ਵੀ ਤੁਹਾਡੀ ਕਿਤਾਬ ਜਿਹੜੀ ਜਿਹਨੂੰ ਸਾਹਿਤ ਅਕੈਡਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ ਨਾ ਮਿਲਿਆ ਬੜੀ ਚਰਚਾ ਉਹਦੀ ਕਿਤਾਬ ਦੀ ਤੇ ਉਹਦੇ ਬਾਰੇ ਦੱਸੋ ਐਸਾ ਕੀ ਹੈ ਉਸ ਕਿਤਾਬ ਦੇ ਵਿੱਚ
ਮੇਰੀਆਂ ਕਿਤਾਬਾਂ ਜਦੋਂ ਤੋਂ ਵੀ ਆਉਣ ਲੱਗੀਆਂ ਨੇ, ਸਭ ਤੋਂ ਪਹਿਲੀ ਕਿਤਾਬ ਮੇਰੀ ਔੜ ਦੇ ਬੱਦਲ ਸੀ ਜੋ 1984 'ਚ ਆਈ, ਔੜ ਦੇ ਬੱਦਲ, ਖੁਸ਼ਕੀ ਦੇ ਬੱਦਲ। ਅਤੇ ਫਿਰ ਮੈਨੂੰ ਉਦੋਂ ਪਤਾ ਨਹੀਂ ਸੀ ਬਹੁਤਾ, ਕਿਉਂਕਿ ਕਵਿਤਾ ਮੈਨੂੰ ਮੇਰੇ ਪਰਿਵਾਰ 'ਚੋਂ ਮਿਲੀ ਹੈ। ਮੇਰੇ ਪਿਤਾ ਜੀ ਸਟੇਜੀ ਕਵਿਤਾ ਲਿਖਦੇ ਸੀ, ਧਾਰਮਿਕ ਕਵਿਤਾ ਲਿਖਦੇ ਸੀ, ਸਦਾਚਾਰ ਦੀ ਕਵਿਤਾ ਲਿਖਦੇ ਸੀ। ਅਤੇ ਉਹ ਉਹਨਾਂ ਦੀ ਅਲਮਾਰੀ 'ਚੋਂ ਕੱਢ ਕੱਢ ਕੇ ਮੈਂ ਜਸਵੰਤ ਸਿੰਘ ਕਮਲ ਦੇ ਨਾਵਲ ਪੜ੍ਹੇ, ਚੋਰੀਓਂ ਪੜ੍ਹੇ, ਮਾਫ਼ ਕਰਨਾ, ਕਿਉਂਕਿ ਨਾਵਲ ਹੀ ਇੰਨੇ ਵਧੀਆ ਹੁੰਦੇ ਸੀ, ਨਿਆਣੇ ਹੁੰਦੇ ਸੀਗੇ ਉਸ ਟਾਈਮ 'ਤੇ, ਮੁੰਡੇ ਸਾਰੇ ਚੋਰੀਓਂ ਪੜ੍ਹਦੇ ਹੁੰਦੇ ਸੀ, ਫਿਰ ਲੁਕੋ ਕੇ ਉਹਦੀ ਅਲਮਾਰੀ 'ਚ ਰੱਖ ਦਿੰਦੇ ਸੀ, ਭਾਵੇਂ ਕਿ ਸਾਨੂੰ ਪਤਾ ਹੁੰਦਾ ਵੀ ਸਾਡਾ ਬਾਪੂ ਵੀ ਇਹੀ ਪੜ੍ਹਦਾ, ਪਰ ਅਸੀਂ ਉਹਨਾਂ ਦੇ ਸਾਹਮਣੇ ਨਹੀਂ ਪੜ੍ਹ ਸਕਦੇ ਸੀ। ਠੀਕ ਹੈ ਨਾ, ਉਹ ਇੱਕ ਪਰਦਾ ਹੁੰਦਾ ਸੀ, ਪਰਦਾ ਹੁੰਦਾ ਸੀ ਰਿਸ਼ਤਿਆਂ 'ਚ ਨਾ, ਜਿਹੜਾ ਹੁਣ ਚੱਕਿਆ ਗਿਆ। ਹਾਂ, ਚੱਕਿਆ ਗਿਆ ਉਹਨਾਂ ਵੇਲਿਆਂ 'ਚ। ਮੈਨੂੰ ਨਹੀਂ ਪਤਾ ਸਾਡਾ ਬਾਪੂ ਨਾਗਮਣੀ ਕਿੱਥੋਂ ਲੈ ਕੇ ਆਉਂਦਾ ਸੀ। ਅੱਛਾ, ਨਾਗਮਣੀ ਸਾਡੇ ਘਰੇ ਆ ਜਾਂਦੀ ਸੀ, ਓਕੇ, ਅੰਮ੍ਰਿਤਾ ਪ੍ਰੀਤਮ ਦੀ। ਜੀ ਜੀ ਹਾਂ, ਮੈਨੂੰ ਪਤਾ। ਹਾਂ, ਉਹਦੇ 'ਚ ਖੁੱਲੀਆਂ ਨਜ਼ਮਾਂ ਬਹੁਤ ਛਪਦੀਆਂ, ਮੈਨੂੰ ਖੁੱਲੀ ਨਜ਼ਮ ਬਹੁਤ ਚੰਗੀ ਲੱਗਦੀ। ਅੱਛਾ, ਫਿਰ ਮੇਰਾ ਬਾਪੂ ਮੈਨੂੰ ਸਾਈਕਲ ਦੇ ਡੰਡੇ 'ਤੇ ਬਿਠਾ ਕੇ ਮੂਹਰੇ, ਹੈਂ, ਅਤੇ ਕਾ ਪਿੱਛੇ ਤਾਂ ਕੈਰੀਅਰ ਤਾਂ ਹੁੰਦੇ ਹੀ ਨਹੀਂ ਸੀ, ਮੈਨੂੰ ਕਵੀ ਦਰਬਾਰਾਂ 'ਚ ਲੈ ਕੇ ਜਾਂਦਾ। ਅੱਛਾ ਜੀ, ਜਾਂ ਸਾਡੇ ਗੁਰਦੁਆਰਾ 'ਚ ਰਾਗੀ, ਢਾਡੀ, ਕਵੀਸ਼ਰ, ਜਿੱਥੇ ਵੀ ਕਿਤੇ ਉੱਥੇ ਮੈਨੂੰ ਲੈ ਕੇ ਜਾਂਦਾ। ਆਪ ਵੀ ਕਵਿਤਾ ਜੋੜਦਾ ਸੀ, ਉਹਦੀ ਸਦਾਚਾਰ ਕਵਿਤਾ ਮੈਨੂੰ ਚੰਗੀ ਲੱਗਦੀ, ਅਤੇ ਹੌਲੀ ਹੌਲੀ ਉਹਨੂੰ ਦੇਖ ਦੇਖ ਕੇ ਮੈਂ ਵੀ ਕਵਿਤਾ ਦੇ ਅੱਖਰ 'ਚ ਰੀਟਣ ਲੱਗ ਗਿਆ। ਅਤੇ ਦੂਸਰਾ ਮਾਂ ਸਦਕਾ ਵੀ ਮੈਂ ਕਵੀ ਬਣਿਆ। ਅੱਛਾ ਜੀ, ਉਹ ਕਿਵੇਂ? ਊੜੇ ਦੀ ਉਂਗਲ ਫੜਾ ਕੇ ਤੁਰ ਗਈ ਸੀ ਮੇਰੀ ਮਾਂ। ਅੱਛਾ, ਹਾਂ, ਅਤੇ ਮਾਂ ਦਾ ਈਵਨ ਚਿਹਰਾ ਵੀ ਮੈਨੂੰ ਯਾਦ ਨਹੀਂ। ਆਪਾਂ ਕਰਨੀਆਂ ਤਾਂ ਹੱਸਣ ਖੇਡਣ ਵਾਲੀਆਂ ਗੱਲਾਂ ਨੇ, ਪਰ ਨਹੀਂ ਨਹੀਂ, ਕੋਈ ਗੱਲ ਨਹੀਂ, ਇਹ ਜ਼ਰੂਰੀ ਨੇ, ਇਹ ਜ਼ਰੂਰੀ। ਮਾਂ ਦਾ ਚਿਹਰਾ ਵੀ ਮੈਨੂੰ ਯਾਦ ਨਹੀਂ, ਹਾਂ, ਮਾਂ ਤੋਂ ਬਿਨਾਂ ਅਸੀਂ ਕਾਹਦੇ ਆ। ਅਤੇ ਪਰ ਮਾਂ ਦਾ ਠੂਠੀ 'ਚ ਰਗੜ ਕੇ ਪਾਏ ਹੋਏ ਸੁਰਮੇ ਦੀ ਜਿਹੜੀ ਰੜਕ ਹੈ ਨਾ, ਮਿੱਠੀ ਰੜਕ, ਉਹ ਵੀ ਮੇਰੀ ਅੱਜ ਮੇਰੀ ਅੱਖਾਂ 'ਚ ਹੈ। ਮੈਨੂੰ ਇਹ ਲੱਗਦਾ ਹੁੰਦਾ ਵੀ ਮੇਰੀ ਕਵਿਤਾ 'ਚ ਜਿਹੜਾ ਸਲੀਕਾ ਹੈ, ਜਾਂ ਜਿਹੜਾ ਜਣੇ ਇੱਕ ਹੁਨਰ ਹੈ, ਸਾਦਗੀ ਹੈ, ਸਹਿਜਤਾ ਹੈ, ਉਹ ਮੇਰੀ ਮਾਂ ਦੀ ਉਹ ਬਖਸ਼ਿਸ਼ ਹੈ। ਅੱਛਾ, ਠੀਕ ਹੈ ਨਾ। ਅਤੇ ਮਾਂ ਦੀ ਕੋਈ ਵੀ ਮੇਰੇ ਕੋਲ ਉਹਦੀ ਸ਼ਕਲ ਵੀ ਯਾਦ ਨਹੀਂ, ਉਹਦੀ ਕੋਈ ਨਿਸ਼ਾਨੀ ਵੀ, ਇੱਕੋ ਇੱਕ ਨਿਸ਼ਾਨੀ, ਇੱਕ ਕਾਲੀ ਸੂਫ ਦਾ ਘੱਗਰਾ ਉਹਦੇ ਸੰਦੂਕ 'ਚ ਮੇਰੇ ਲਈ ਨਾ ਕਾਰੂ ਦੇ ਖਜ਼ਾਨੇ ਤੋਂ ਵੀ ਵੱਧ ਕੀਮਤੀ ਹੈ। ਅਤੇ ਕਿਉਂਕਿ ਸਾਨੂੰ ਸੰਵੇਦਨਸ਼ੀਲ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਕਦਰ ਬੜੀ ਹੁੰਦੀ ਹੈ, ਲੋੜ ਵੀ ਹੈ, ਕਦਰ ਵੀ ਹੈ, ਕਦਰ ਵੀ ਹੈ। ਅਤੇ ਹੁਣ ਹੈ ਤਾਂ ਨਜ਼ਮ ਮੇਰੀ ਪੁਰਾਣੀ ਮਾਂ, ਪਰ ਮੈਂ ਸੁਣਾ ਦੇਣਾ ਚਾਹੁੰਦਾ। ਜੀ ਪਲੀਜ਼ ਪਲੀਜ਼ ਸੁਣਾਓ, ਪਲੀਜ਼ ਸੁਣਾਓ, ਚੰਗਾ ਲੱਗੂਗਾ। ਹਾਲਾਂਕਿ ਪਹਿਲੀਆਂ ਕਿਤਾਬਾਂ 'ਚੋਂ ਨਹੀਂ ਸੁਣਾਓ ਜੀ, ਮੈਨੂੰ ਚੰਗਾ ਲੱਗੂ, ਸੁਣਾਉਣੀ ਚਾਹੁੰਦਾ ਜੀ, ਜ਼ਰੂਰ ਸੁਣਾਓ ਪਲੀਜ਼। ਸੁਣੋ ਕਵਿਤਾ ਜੀ। ਠੀਕ ਹੈ, ਮੈਂ ਮਾਂ ਦੇ ਦੁੱਧ ਦਾ ਰਿਣ ਤਾਂ ਨਹੀਂ ਦੇ ਸਕਦਾ, ਪਰ ਮਾਂ ਦੇ ਨਾਂ ਇੱਕ ਕਵਿਤਾ ਤਾਂ ਲਿਖ ਹੀ ਸਕਦਾ ਨਾ। ਅਤੇ ਮੇਰੀ ਇਹ ਕਵਿਤਾ ਦਾ ਨਾਂ ਹੈ ਸੋਹਣੀ ਮੁਖਤਿਆਰੋ। ਅੱਛਾ, ਪਿੰਡ 'ਚ ਪਿੰਡ ਦੀਆਂ ਬੁੜੀਆਂ ਉਹਨੂੰ ਸੋਹਣੀ ਮੁਖਤਿਆਰੋ ਕਹਿੰਦੀਆਂ। ਅੱਛਾ, ਮੁਖਤਿਆਰ ਕੌਰ ਸੀ ਤੁਹਾਡੀ ਮਦਰ ਦਾ ਨਾਮ? ਸੋਹਣੀ ਮੁਖਤਿਆਰੋ। ਅੱਛਾ, ਤਾਂ ਸੁਣੋ, ਸੋਹਣੀ ਮੁਖਤਿਆਰੋ ਜੀ। ਮਾਂ ਸਿਰ ਪੜੋਸਦੀ ਤਾਂ ਪੱਗ ਦਾ ਲੜ ਢਿੱਲਾ ਕਰ ਦਿੰਦੀ। ਅੱਛਾ, ਸਿਰ ਵਾਹੁੰਦੀ ਕੰਨ ਪਿੱਛੇ ਕਾਲਾ ਟਿੱਕਾ ਲਾ ਦਿੰਦੀ। ਪੁੱਤ ਤਾਂ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਗਿਆ, ਪਰ ਮਾਂ ਰੱਬ ਦੀਆਂ ਨਜ਼ਰਾਂ ਨੇ ਖਾ ਲਈ। ਹਨੇਰੀਆਂ ਦੇ ਧੱਕੇ ਬਿਰਖ ਵਾਂਗ ਚੁਫਾਲ ਡਿੱਗ ਪਈ। ਮੈਨੂੰ ਤਾਂ ਕਦੇ ਨਹੀਂ ਸੀ ਜਾਣ ਦਿੰਦੀ ਸਿਵਿਆਂ ਕੋਲ ਦੀ ਲੰਘਦੇ ਰਾਹ 'ਤੇ, ਅਤੇ ਆਪ ਉਸੇ ਰਾਹ ਤੁਰ ਗਈ। ਯਾਦ ਨੇ ਮਾਂ ਤੇਰੀ ਚੂਰੀ ਦੀਆਂ ਪਿੰਨੀਆਂ ਮੇਰੀ ਅੱਧੀ ਛੁੱਟੀ ਦੀ ਖੁਰਾਕ। ਜਦੋਂ ਡੰਗਰਾਂ ਮਗਰ ਲਾਇਆ ਸੀ ਤੂੰ ਮੇਰੇ ਹੱਥਾਂ 'ਚੋਂ ਸੋਟੀ ਖੋਹ ਲਈ ਸੀ, ਅਤੇ ਪਿੰਡ ਦੀ ਹੱਟੀਓਂ ਖਰੀਦ ਲਿਆਈ ਸੀ ਸਲੇਟੀ, ਗਾਜਨੀ ਅਤੇ ਕੱਚੀ ਸ਼ਾਹੀ ਦੀ ਦਬਾਤ। ਮਾਂ ਜਵਾਨ ਹੁੰਦੇ ਪੁੱਤ ਦਾ ਕੱਦ ਛਾਤੀ ਨਾਲ ਲਾ ਕੇ ਮਣਦੀ, ਕਿਸਰੇ ਗੋਡਿਆਂ 'ਤੇ ਚੁੰਨੀ ਪਾੜ ਪੱਟੀਆਂ ਬੰਨਦੀ, ਸਿਰੋਂ ਚੁੰਨੀ ਲਾ ਕੇ ਪੱਗ ਬੰਨਣੀ ਸਿਖਾਉਂਦੀ। ਮਾਂ ਜੋ ਮੇਰੇ ਪਤੰਗ ਦੀ ਡੋਰ ਟੁੱਟਣ 'ਤੇ ਹੋ ਜਾਂਦੀ ਸੀ ਉਦਾਸ, ਜਿਸਨੇ ਵਾਰ ਦਿੱਤੇ ਮੇਰੀਆਂ ਠੰਡੀਆਂ ਛਾਵਾਂ ਤੋਂ ਆਪਣੇ ਸਿਖਰ ਦੁਪਹਿਰੇ, ਜੋ ਝੱਟ ਕਰ ਦਿੰਦੀ ਸੀ ਆਪਣੀਆਂ ਵੱਡੀਆਂ ਵੱਡੀਆਂ ਮਜਬੂਰੀਆਂ ਮੇਰੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੇ ਨਾਂ, ਜਿਸਨੂੰ ਪਿੰਡ ਦੀਆਂ ਬੁੜੀਆਂ ਸੋਹਣੀ ਮੁਖਤਿਆਰੋ ਆਖਦੀਆਂ, ਉਹ ਮਾਂ ਯਾਦ ਆਉਂਦੀ ਹੈ। ਕਿਆ ਬਾਤ, ਕਿਆ ਬਾਤ! ਮਾਂ ਅਜੇ ਤੂੰ ਕਿਹੜਾ ਸੁੱਖ ਵੇਖਿਆ ਸੀ ਮੇਰੇ ਜੰਮਣ ਦੀ ਪੀੜਾ ਤੋਂ ਬਿਨਾਂ? ਉਦੋਂ ਤਾਂ ਮੈਂ ਤੇਰੀ ਮੜੀ 'ਤੇ ਛਾਂ ਕਰਨ ਜੋਗਾ ਰੁੱਖੜਾ ਵੀ ਨਹੀਂ ਸਾਂ, ਬੂਟੜਾ ਵੀ ਨਹੀਂ ਸਾਂ, ਤੇਰੀ ਕਿਹੜੀ ਉਮਰ ਸੀ ਤੁਰ ਜਾਣ ਦੀ? ਮਾਂ ਤੂੰ ਸਿਵਿਆਂ 'ਚ ਜਾ ਕੇ ਵੀ
मेरे पोटियां नू कलम दा रुतबा दिता। मां तू सिव्यां च जाके भी मेरे पोटियां नू कलम दा रुतबा दिता, मेरे पैरां नू पैड़ां दा वर दिता। देख मां पुत नू लोरियां वर्गे हरफां संग विचरदा वेख, महफलां मुशहरियां च विचरदा वेख। मैनू हुण लुको नहीं सकदी सारी कायनात, मैं जो तेरी बुक्कल च लुक जांदा सां। क्या बात है। मैं हां मां तेरी बुक्कल दा चानण, तेरी जमीन चुगया फलदार बूटा। तेरी ही लोरी दे नां ने मेरे सारे गीत। मैं तेरी पाक दुद्ध चंगी बुद्ध ते पाक दुद्ध दा अणु हां। मां तो वड्डा कोई शब्द नहीं, किन्हां शब्दां च तेरी सिफत करां। तेरे एक अखरे नां तो मैनू सारा आलम छोटा लगदा है। तेरे एक अखरे नां तो मैनू सारा आलम छोटा लगता है। क्या बात। सो ये जो इस तरह के हादसे वापरते हैं तो फिर बहुत ही कविता निकल, बहुत ही वधिया, बहुत सोहनी। देखो कुछ ख्याल ने ना, सिर्फ ख्याल ही रह जाते हैं, कुछ सवाल ने बस सवाल ही रह जाते, बस 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 उम्र भर उही गल्लां। मैं अक्सर मनजीत जी एक होर सोचता हाँ भी जी रिश्तिया की घाट है ना, वो भी बंदे तो कविता लिखवादी है। रिश्तिया की घाट, मैनू रिश्तिया की घाट रही है। मैं थोड़े टीवी सामने कह रहा, माँ ना हो, भैन ना हो, धी ना हो, घर वाली भी कैंसर की बीमारी नाल तुर गई हो, पागल हो जू बंदा। बंदा तो पागल हो जूगा जो अपने अखरा तो सीध नहीं लो। बहुत वड्डा सहारा जी। हाँ, इस करके कलम ते कागज दा दूजे पासे जदों असीं कविता लिखदे आ फिर सानूं बड़ियां असीं इदां जिवें तुहाडे वर्गियां मावां भैणां मिल जांदियां ने। सब कुछ खोण तों बाद फिर बंदा तलाश आले सिलसिले च तुरदा है, ठीक है ने। ते जदों अपने तुर जांदे ने फिर असीं बगानिया चों अपनियां भैणां अपनियां मावां अपनियां धीआं पालदे आ। मेरी एक होर नज़म सी कि जदों मैं निक्का जन्ना हुंदा सां, 16 साल दीआं कुड़ियां मैनूं मावां लगदियां सन, क्योंकि मेरी माँ उदो वड्डी की सी जदों तुर गई, दिमाग च उही सी। वड्डा होया ये कुड़ियां महबूब बन गईयां, कुड़ियां उही ने 16 साल दीआं। वड्डा होया ये कुड़ियां महबूब बन गईयां, अज मेरीआं बुढ़ियां अक्खां लई इहो कुड़ियां धीआं बन गईयां, धीआं बन गईयां ने। सारे रिश्ते लभ लै तुसीं, सारे लभ जांदे ने। उही हुण जिहड़ी 16 साल दी कोई बच्ची मेरे सामणे आऊ, मेरा हत्थों ते सिर ते ही जाऊगा, ठीक है नहीं। ये ने रिश्ते। चलो कविता ने मैनूं बड़े रिश्ते दिते, बड़ियां मावां मेरे कोल ने, बड़ियां भैणां मेरे कोल ने, बड़ियां धीआं मेरे कोल ने। देखो यही गल है ना, एक तसल्ली है जिहड़ी जदों मन नूं आपां दे लैंदे हां ना, ते उह जिंदगी च अगे तुरना सौखा हो जांदा है ना। यही ਤੇ ਆਪਾਂ ਤੁਹਾਡੀ ਕਿਤਾਬ ਦੀ ਗੱਲ ਕਰ ਰਹੇ ਸੀਗੇ, ਉਸ ਕਿਤਾਬ ਬਾਰੇ ਮੈਨੂੰ ਦੱਸੋ ਜੀ ਨੂੰ। ਹਾਂ ਤੇ ਆਪਣਾ ਤਾਂ ਟਾਈਮ ਵੀ ਨੇੜੇ ਹੁੰਦਾ ਜਾਂਦਾ ਹੈ। ਨਹੀਂ ਕੋਈ ਨਹੀਂ ਜੀ, ਕੋਈ ਨਹੀਂ। ਉਹਦੇ ਬਾਅਦ ਸਲਾਬੀ ਹਵਾਈ, ਸਲਾਬੀ ਹਵਾ ਜੇ ਮਾਂ ਕਵਿਤਾ ਉਹਦੇ ਵਿੱਚ ਹੈ, ਸਲਾਬੀ ਭਗਤਾ। ਤੇ ਉਹ ਉਹਦੇ ਵਿੱਚ ਜਿਵੇਂ ਕਹਿੰਦੇ ਨੇ ਨਾ ਉਹਨਾਂ ਵੇਲਿਆਂ ਦੇ ਜਿਵੇਂ ਮੁੰਡੇ ਕੁੜੀਆਂ ਵਾਲੀਆਂ ਕਵਿਤਾਵਾਂ ਹੈਗੀਆਂ ਸੀ, ਠੀਕ ਹੈ। ਉਸ ਤੋਂ ਬਾਅਦ ਸ਼ਬਦ ਸ਼ਹਿਰ ਤੇ ਰੇਤ ਆਈ, ਉੱਥੇ ਫਿਰ ਮੈਂ ਬਹੁਤ ਉੱਥੋਂ ਮੈਨੂੰ ਫਿਰ ਮੈਨੂੰ ਥੋੜ੍ਹੀ ਜਿਹੀ ਪ੍ਰਸਿੱਧੀ ਮਿਲਣ ਲੱਗੀ ਜਾਂ ਮੇਰੀ ਕਵਿਤਾ ਪੜ੍ਹੀ ਜਾਣ ਲੱਗੀ, ਸਕੂਲਾਂ ਕਾਲਜਾਂ 'ਚ ਜਾਣ ਲੱਗ ਗਈ। ਅਤੇ ਸ਼ਬਦ ਸ਼ਹਿਰ ਤੇਰੇ ਦੇ ਵਿੱਚ ਬਹੁਤ ਸੋਹਣੀਆਂ ਕਵਿਤਾਵਾਂ ਨੇ, ਉਹ 'ਚ ਹਰ ਇੱਕ ਮਾਂ 'ਤੇ ਵੀ ਮੈਂ ਆਪਣੀ ਪਤਨੀ 'ਤੇ ਵੀ ਲਿਖੀ ਕਵਿਤਾ। ਉਹ 'ਚ ਇੱਕ ਕਵਿਤਾ ਮੈਂ ਛੋਟੀ ਜਿਹੀ ਮੈਂ ਸੁਣਾ ਦਿੰਦਾ। ਨਹੀਂ ਆਪਣੇ ਕੋਲ ਟਾਈਮ ਹੈਗਾ ਜੀ? ਅੱਛਾ, ਹਾਂਜੀ। ਉਹ ਕਵਿਤਾ ਇੱਕ ਮੈਂ ਮਰਦਾਨੇ ਵਾਲਾ ਜ਼ਰੂਰ ਸੁਣਨਾ, ਤਾਂ ਉਹ ਵੀ ਸੁਣੂੰਗਾ। ਉਹ ਹਾਂ, ਉਹ ਮੈਂ ਜ਼ਰੂਰ ਸੁਣਨਾ, ਅਤੇ ਉਸ ਹਿਸਾਬ ਨਾਲ ਆਪਾਂ। ਉਹਦੇ ਵਿੱਚ ਸ਼ਬਦ ਸ਼ਹਿਰ 'ਚ ਰੇਤ 'ਚ ਇੱਕ ਕਵਿਤਾ ਹੈ ਮਿੱਟੀ। ਅੱਛਾ ਜੀ। ਅਤੇ ਕਿਉਂਕਿ ਅਸੀਂ ਸਾਡੀਆਂ ਪਤਨੀਆਂ ਅਸੀਂ ਕੁਝ ਵੀ ਕਿਤੇ ਵੀ ਫਿਰ ਜਾਈਏ ਧਿਆਨ ਪੂਰਾ ਉਹਨਾਂ ਦਾ ਹੁੰਦਾ ਸਾਡੇ ਕੋਲ, ਠੀਕ ਹੈ ਨਾ। ਅਤੇ ਉਹ ਕਵਿਤਾ ਮੈਂ ਲਿਖੀ, ਸਫ਼ਰ ਦੀ ਕੁਝ ਮਿੱਟੀ ਕਦਮ ਨਾਲ ਲੈ ਆਏ ਘਰ, ਸਫ਼ਰ ਦੀ ਕੁਝ ਮਿੱਟੀ ਕਦਮ ਨਾਲ ਲੈ ਆਏ ਘਰ। ਉਸ ਮਿੱਟੀ ਨੂੰ ਬੜਾ ਫਿਕਰ ਰਹਿੰਦਾ ਹੈ ਮੇਰਾ, ਸੜਕਾਂ ਨਹੀਂ ਗੌਲਦੀਆਂ ਕੌਣ ਗਿਆ ਕੌਣ ਆਇਆ, ਪਰ ਪਗਡੰਡੀਆਂ ਤਾਂ ਪੈੜ ਪੈੜ ਦਾ ਹਿਸਾਬ ਰੱਖਦੀਆਂ ਨੇ। ਮਿੱਟੀ ਮੈਨੂੰ ਇੱਕ ਦਿਨ ਆਖਣ ਲੱਗੀ, ਹੱਥਾਂ ਦੇ ਪੋਟਿਆਂ 'ਚ ਜੇ ਚਾਹਤ ਹੋਵੇ ਮਿੱਟੀ ਫਰੋਲਿਆਂ ਵੀ ਕੁਝ ਲੱਭ ਜਾਂਦਾ, ਤੇ ਕਈ ਵਾਰ ਸੜਕਾਂ ਤੋਂ ਕੁਝ ਲੱਭਦੇ ਲੱਭਦੇ ਗੁਆਚ ਜਾਂਦਾ ਹੈ ਜੀਵਨ। ਸਹੀ ਹੈ। ਮਿੱਟੀ ਮੈਨੂੰ ਇੱਕ ਦਿਨ ਆਖਣ ਲੱਗੀ। ਹਾਂ, ਅਤੇ ਦੂਸਰਾ ਮੈਂ ਇੱਕ ਨਜ਼ਮ ਹੋਰ ਵੀ ਲਿਖੀ ਸੀ, ਉਹ ਆ ਕੇ ਸ਼ਾਇਦ ਖੜਾਵਾਂ ਦੇ ਵਿੱਚ ਹੈ, ਕਿ ਕਿੰਨਾ ਖੁਸ਼ ਨਸੀਬ ਹਾਂ ਮੈਂ
ਕਿੰਨਾ ਖੁਸ਼ ਨਸੀਬ ਹਾਂ ਮੈਂ ਰਸੋਈ 'ਚ ਮੇਰੀਆਂ ਨਜ਼ਮਾਂ ਦੀ ਕਿਤਾਬ ਖੁੱਲ੍ਹੀ ਪਈ ਹੈ। ਅੱਛਾ, ਪਰਿਵਾਰ ਮੇਰਾ ਮੇਰੀਆਂ ਕਵਿਤਾਵਾਂ ਪੜ੍ਹ ਰਿਹਾ, ਮੇਰੀ ਪਤਨੀ ਮੇਰੀਆਂ ਕਵਿਤਾਵਾਂ ਖੋਲ੍ਹੀ ਬੈਠੀ ਹੈ ਰਸੋਈ 'ਚ ਦਾਲ ਸਬਜ਼ੀ ਬਣਾਉਂਦੀ, ਤਾਂ ਮੈਂ ਇੱਦੋਂ ਵੱਡਾ ਖੁਸ਼ ਨਸੀਬ ਕੌਣ ਹੋਊਗਾ। ਕੌਣ ਹੋਊਗਾ? ਅਤੇ ਹੁਣ ਠੀਕ ਹੈ, ਰਸੋਈ 'ਚ ਭਾਂਡੇ ਵੀ ਬੜੇ ਪਏ ਨੇ, ਮਹਿੰਗੇ ਤੋਂ ਮਹਿੰਗੇ ਬਰਤਨ ਵੀ ਪਏ ਨੇ, ਪਰ ਉਹ ਜਿਹੜੀ ਨਜ਼ਮਾਂ ਦੀ ਕਿਤਾਬ ਹੈ ਨਾ, ਉਹ ਬੰਦ ਹੋ ਗਈ ਹੈ, ਤੁਰ ਗਈ ਹੈ ਵਿਚਾਰੀ। ਅਤੇ ਕਵਿਤਾ ਇੱਦਾਂ ਨਿਕਲਦੀ ਹੈ, ਸ਼ਬਦ ਸ਼ਹਿਰ ਤੇਰੇ ਤੋਂ ਬਾਅਦ ਮੇਰੇ ਕੋਲ ਆਈ ਅਗਲੀ ਕਿਤਾਬ ਮੇਰੀ ਖੜਾਵਾਂ, ਜਿਹਦੇ ਨਾਲ ਪ੍ਰਕਾਸ਼ਨ ਨੇ ਛਾਪੀਆਂ ਨੇ ਸਾਰੀਆਂ। ਖੜਾਵਾਂ ਦੇ ਵਿੱਚ ਘਰ ਅਤੇ ਸਫ਼ਰ। ਅੱਛਾ, ਹਾਂ, ਘਰ ਅਤੇ ਸਫ਼ਰ ਹੈ ਉਹਦੇ 'ਚ ਸਾਰੀਆਂ ਕਵਿਤਾਵਾਂ, ਜਾਂ ਘਰ ਨਾਲ ਜੁੜੀਆਂ ਹੋਈਆਂ ਨੇ ਜਾਂ ਸਫ਼ਰ ਨਾਲ, ਹੋਰ ਆਲੇ ਦੁਆਲੇ ਕੋਈ ਕਵਿਤਾ ਨਹੀਂ ਹੈਗੀ। ਉਹ ਬੜੀ ਕਮਾਲ ਦੀ, ਉਹਦੇ ਪਤਾ ਨਹੀਂ ਕਿੰਨੇ ਕੰਡੀਸ਼ਨ ਇਹਨੇ ਛਾਪ ਕੇ ਵੇਚਤੇ, ਮੈਨੂੰ ਤਾਂ ਦੱਸਦਾ ਵੀ ਨਹੀਂ, ਪਰ ਉਹ ਬਹੁਤ ਕਿਤਾਬ ਮੇਰੀ ਛਪੀ ਆ। ਨਹੀਂ, ਉਹ ਫੇਸਬੁੱਕ ਤੇ ਪਾ ਦਿੰਦੇ ਆ ਵੈਸੇ ਲਿਖ ਕੇ, ਜਦ ਹੁਣ ਤੁਸੀਂ ਇੱਥੇ ਆਏ ਹੋਏ ਹੋ ਨਾ, ਮੈਂ ਕੱਲ ਹੀ ਪੋਸਟ ਦੇਖੀ ਉਹਨਾਂ ਦੀ। ਅੱਛਾ ਅੱਛਾ, ਉਹ ਕਹਿੰਦੇ ਵੀ ਇਹਨਾਂ ਦੀਆਂ ਬੁੱਟਰ ਸਾਹਿਬ ਦੀਆਂ ਨਾ ਸਾਰੀਆਂ ਕਿਤਾਬਾਂ ਮੈਂ ਛਾਪੀਆਂ ਨੇ। ਅੱਛਾ, ਹਾਂਜੀ। ਅੱਛਾ ਅੱਛਾ ਅੱਛਾ, ਇੰਨਾ ਵੀ ਚੰਗੀ ਗੱਲ ਹੈ। ਅਤੇ ਉੱਥੇ ਫਿਰ ਉਹਦੇ ਵਿੱਚ ਬਹੁਤ ਸੋਹਣੀਆਂ ਕਵਿਤਾਵਾਂ ਨੇ, ਪੜ੍ਹਨ ਵਾਲੀਆਂ ਕਵਿਤਾਵਾਂ। ਅੱਛਾ ਜੀ, ਅੱਛਾ। ਪਹਿਲਾ ਖਤ, ਆਖਰੀ ਖਤ, ਅਤੇ ਮੂੰਹ ਜਵਾਨੀ ਮੇਰੇ ਯਾਦ ਨਹੀਂ ਹਨ ਪੂਰੀਆਂ, ਅਤੇ ਤੂੰ ਇੱਕ ਹੋਰ ਉਹਦੇ 'ਚ ਕਵਿਤਾ 'ਤੇ ਵੀ, ਤੂੰ ਇੰਨਾ ਹੀ ਸ਼ੁਕਰ ਕਰ ਇਸ ਯੁੱਗ ਵਿੱਚ ਮੇਰੀ ਵੇਦਨਾ, ਇਹ ਤੂੰ ਇੰਨਾ ਹੀ ਸ਼ੁਕਰ ਕਰ ਇਸ ਯੁੱਗ ਵਿੱਚ, ਮੇਰੀ ਵੇਦਨਾ 'ਚੋਂ ਨਿਕਲੀ ਸੰਵੇਦਨਾ ਤਾਂ ਹੈ ਤੇਰੇ ਕੋਲ, ਬਾਕੀ ਸਭ ਕੁਝ ਤਾਂ ਮਨੁੱਖ ਨੂੰ ਮਿਲ ਹੀ ਜਾਂਦਾ ਹੈ ਹਰ ਯੁੱਗ ਵਿੱਚ, ਭੁੱਲ ਜਾ ਕੇ ਨਜ਼ਮਾਂ ਉੱਗ ਪੈਣਗੀਆਂ ਦੇਹ ਦੀ ਮਿੱਟੀ 'ਚੋਂ, ਇਹ ਤਾਂ ਪੁੰਗਰਦੀਆਂ ਨੇ ਮਨ ਦੇ ਗੋਰੇ ਨਸ਼ੋ ਪਾਣੀਆਂ 'ਚੋਂ, ਕਵਿਤਾ ਇਸ਼ਤਿਹਾਰ ਨੇ ਕਿ ਚਿਪਕ ਜਾਏਗੀ ਤਨ ਦੀ ਕੰਧ 'ਤੇ, ਇਹ ਤਾਂ ਸਿਮਦੀ ਹੈ ਰੇਤਾ ਰੇਤਾ ਚੇਤਨਾ 'ਚੋਂ। ਉਹ ਯੁੱਗ ਸਾਡਾ ਸੀ ਜਦੋਂ ਦੁਆਵਾਂ ਨਾਲ ਪਰਾਏ ਵੀ ਆਪਣੇ ਹੋ ਜਾਂਦੇ ਸਨ, ਇਹ ਪਲ ਤੁਹਾਡੇ ਨੇ ਕਿ ਅਦਾਵਾਂ ਵੀ ਕਾਰਗਰ ਨੇ। ਹੁਣ ਤਾਂ ਬਸ ਬੋਲਣ ਲਈ ਮਿਲਦੇ ਹਾਂ, ਖਾਮੋਸ਼ ਹੋ ਜਾਂਦੇ ਹਾਂ, ਹੁਣ ਅਸੀਂ ਲਿਫਾਫਿਆਂ ਨੂੰ ਗੂੰਦ ਨਹੀਂ ਲਾਉਂਦੇ, ਅੰਦਰ ਕੋਈ ਅਹਿਸਾਸ ਹੋਵੇ ਤਾਂ ਬੰਦ ਕਰੀਏ। ਤੂੰ ਇੰਨਾ ਹੀ ਸ਼ੁਕਰ ਕਰ ਮੇਰੀ ਵੇਦਨਾ ਚੋਂ ਕਿਰੀ ਰਤਾ, ਕੋਈ ਸੰਵੇਦਨਾ ਤਾਂ ਹੈ ਤੇਰੇ ਕੋਲ। ਸਹੀ ਗੱਲ, ਹੁਣ ਉਹ ਯੁੱਗ ਗਿਆ, ਕੌਣ ਪੁੱਛਦਾ, ਹੁਣ ਤਾਂ ਖੁੱਲੇ ਹੀ ਚੱਲਦੇ, ਹੁਣ ਤਾਂ ਚਿੱਠੀਆਂ ਦਾ ਕੰਮ ਹੀ ਖਤਮ ਹੋ ਗਿਆ, ਗੂੰਦ ਲਾਉਣੀ ਤਾਂ ਇੱਕ ਪਾਸੇ ਰਹੀ। ਪਰ ਚਿੱਠੀਆਂ ਕੀ ਖਤਮ ਹੋਈਆਂ ਜੀ, ਉਹਨਾਂ ਦੇ ਨਾਲ ਬਹੁਤ ਕੁਝ ਖਤਮ, ਬਹੁਤ ਕੁਝ ਖਤਮ, ਬਹੁਤ ਕੁਝ ਖਤਮ, ਅਹਿਸਾਸ ਖਤਮ ਹੋ ਗਿਆ। ਮੈਂ ਤਾਂ ਸਮਝ ਨਹੀਂ ਆ ਵੀ ਚਿੱਠੀ ਐਡ ਹੁੰਦਾ ਡਿਲੀਟ ਹੋ ਜਾਂਦਾ, ਐਡ ਹੁੰਦਾ ਡਿਲੀਟ ਹੋ ਜਾਂਦਾ, ਤੇ ਉਹਦੇ ਨਾਲ ਰਿਸ਼ਤੇ ਵੀ ਇਦਾਂ ਹੀ ਹੋਈ ਜਾਂਦੇ ਨੇ ਡਿਲੀਟ। ਕਲਾਮਾ ਬਹੁਤ ਚਰਚਿਤ ਕਿਤਾਬ ਰਹੀ, ਉਸ ਤੋਂ ਬਾਅਦ ਫਿਰ ਮੈਂ ਇੱਕ ਕਵਿਤਾ ਕਿਤਾਬ ਦਿੱਤੀ ਦਰਦ ਮਜੀਠੀ। ਅੱਛਾ, ਦਰਦ ਮਜੀਠੀ, ਉਹ ਪ੍ਰਸ਼ਨ ਕਵਿਤਾਵਾਂ ਨੇ ਉਹਦੇ ਵਿੱਚ, ਉਹ 'ਚ ਛੋਟੀਆਂ ਛੋਟੀਆਂ ਕਵਿਤਾਵਾਂ ਨੇ, ਛੋਟੀਆਂ ਛੋਟੀਆਂ ਕਵਿਤਾਵਾਂ ਨੇ, ਨਿੱਕਾ ਜਿਹਾ ਪ੍ਰਸ਼ਨ ਉਹਦਾ ਨਿੱਕਾ ਜਿਹਾ ਉੱਤਰ। ਅੱਛਾ ਜੀ, ਤੇ ਉਹ ਕੋਈ ਇੱਕ ਦੋ ਸੁਣਾਓ ਸਾਨੂੰ ਜੇ ਯਾਦ ਨੇ ਤਾਂ। ਜੀ ਹਾਂ, ਮੈਂ ਸੁਣਾ ਦਿੰਦਾ। ਹਾਂਜੀ, ਤੇ ਉਹਦਾ ਇਹ ਹੋਇਆ ਕਿ ਮੈਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਕਹਿਣ ਲੱਗ ਗਏ, ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਆ ਰਿਹਾ ਜੀ, ਇਹ ਆਪਣੀਆਂ ਕਵਿਤਾਵਾਂ ਸੁਣਾਉਣਗੇ, ਨਿੱਕੀ ਕਵਿਤਾ ਦਾ ਵੱਡਾ ਕਵੀ। ਮੈਂ ਦੇਖਿਆ ਯਾਰ, ਇਹ ਵੀ ਮਾੜੀ ਗੱਲ ਹੈ, ਮੈਨੂੰ ਨਿੱਕੀ ਕਵਿਤਾ ਨਾਲੇ ਜੋੜਤਾ ਇਹਨਾਂ ਨੇ ਯਾਰ, ਹੈ ਇਹ ਤਾਂ ਬੜੀ ਗੱਲ ਹੈ। ਮਿੰਟ ਲਾਉਂਦੇ, ਲੇਬਲ ਲਾ ਦਿੰਦੇ, ਹਾਂ ਮਿੰਟ ਜੀ ਲਾ ਦਿੰਦੇ ਆ, ਆਪਣਾ ਸਤੀਸ਼ ਵਰਮਾ ਉਹੀ ਹਰੇਕ ਥਾਵੇਂ ਜਿਹੜੇ ਕਵੀ ਦਰਬਾਰ 'ਚ ਬੁਲਾਉਣਾ, ਲਓ ਜੀ ਸਾਡੇ ਨਿੱਕੀ ਕਵਿਤਾ ਦੇ ਵੱਡੇ ਕਵੀ ਬੋਲਣਗੇ। ਅੱਛਾ ਜੀ, ਯਾਰ ਇਹ ਵੀ ਮਾੜੀ ਗੱਲ ਆ, ਉਹ ਚਲੋ ਮੈਂ ਬਾਅਦ 'ਚ ਗੱਲ ਕਰਦਾ। ਓਕੇ, ਨਿੱਕੀਆਂ ਕਵਿਤਾਵਾਂ ਨੂੰ ਬੜਾ ਮਾਣ। ਫੁੱਲਾਂ 'ਚ ਮਹਿਕ ਆਪੇ ਭਰ ਜਾਏਗੀ। ਕਿਆ ਬਾਤ ਹੈ, ਕਿਆ ਬਾਤ ਹੈ। ਤੂੰ ਆਪਣੀ ਮੁਸਕਾਨ ਬਖੇਰੀ ਜਾ, ਫੁੱਲਾਂ 'ਚ ਮਹਿਕ ਆਪੇ ਭਰ ਜਾਏਗੀ, ਤੂੰ ਆਪਣੀ ਚੁੱਪ ਉਚਾਰੀ ਜਾ, ਤੁਖਦੇ ਬੋਲਾਂ ਦੀ ਤਪਸ਼ ਆਪੇ ਠਰ ਜਾਏਗੀ। ਲੱਭ ਗਿਆ ਇੱਕ ਫਟੀ ਪੁਰਾਣੀ ਕਿਤਾਬ 'ਚੋਂ ਮੋਰ ਦਾ ਖੰਭ। ਅੱਛਾ, ਲੱਭ ਗਿਆ ਇੱਕ ਫਟੀ ਪੁਰਾਣੀ ਕਿਤਾਬ 'ਚੋਂ ਮੋਰ ਦਾ ਖੰਭ, ਕਿੰਨਾ ਕੁਝ ਨਵਾਂ ਸਾਂਭ ਕੇ ਰੱਖਦੀਆਂ ਪੁਰਾਣੀਆਂ ਕਿਤਾਬਾਂ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਨਾਈਸ। ਤੇ ਇੱਕ ਹੋਰ ਨਜ਼ਮ ਸੁਣਾਉਂ ਤੁਹਾਨੂੰ ਕਿ ਕੋਈ ਚਾਂਬਲ ਚਾਂਬਲ ਕੇ ਖਰਚ ਲੈਂਦਾ ਹੈ ਜ਼ਿੰਦਗੀ। ਕੋਈ ਚਾਂਬਲ ਚਾਂਬਲ ਕੇ ਖਰਚ ਲੈਂਦਾ ਹੈ ਜ਼ਿੰਦਗੀ, ਕੋਈ ਸੰਭਲ ਸੰਭਲ ਕੇ ਮੌਤ ਸੰਭਾਲ ਲੈਂਦਾ ਹੈ। ਕਿਆ ਬਾਤ ਹੈ, ਕਿਆ ਬਾਤ ਹੈ, ਕੋਈ ਸੰਭਲ ਸੰਭਲ ਕੇ ਮੌਤ ਸੰਭਾਲ ਲੈਂਦਾ ਹੈ। ਬਹੁਤ ਵਧੀਆ ਜੀ। ਇੱਕ ਬੜੀ ਵਿਅੰਗ ਦੀ ਮੈਂ ਉਹਦੇ ਵਿੱਚ ਹੀ ਆ ਰਹੀ ਹੈ ਕਿ ਜੇ ਕਿਸੇ ਇਸ਼ਤਿਹਾਰ ਵਿੱਚ ਬਰਸਾਤ ਪੜ੍ਹੇ ਤਾਂ ਸਮਝ ਲਵੀ ਔੜ ਅਜੇ ਜਾਰੀ ਹੈ।
ਦੁਬਾਰਾ ਕਿਉਂ? ਜੇ ਕਿਸੇ ਇਸ਼ਤਿਹਾਰ ਵਿੱਚ ਬਰਸਾਤ ਪੜੇ ਪੜੇ ਅੱਛਾ ਤਾਂ ਸਮਝ ਲਵੀ ਔੜ ਜਿਹੀ ਜਾ ਰਹੀ ਹੈ। ਜੇ ਕਿਸੇ ਅਖਬਾਰ ਵਿੱਚ ਸਵੇਰ ਪੜੇ ਤਾਂ ਸਮਝ ਲਵੀ ਰਾਤ ਅਜੇ ਮੁੱਕੀ ਨਹੀਂ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ ਜੀ, ਬਹੁਤ ਵਧੀਆ, ਤੇ ਵੈਰੀ ਨਾਈਸ, ਵੈਰੀ। ਹੋਰ ਇਹਦੇ ਇੱਕ ਦੋ ਹੋਰ ਸੁਣਾ ਦਿੰਦਾ ਮੈਂ। ਹਾਂਜੀ। ਸੀਨੇ ਵਿਚਲੀਆਂ ਗੰਢਾਂ ਨੂੰ ਹਵਾ ਚੋਂ ਛਾੜ ਦੇ। ਅੱਛਾ। ਸੀਨੇ ਵਿਚਲੀਆਂ ਗੰਢਾਂ ਨੂੰ ਹਵਾ ਚੋਂ ਛਾੜ ਦੇ, ਆਪੇ ਖੁੱਲ ਜਾਣਗੀਆਂ। ਬੇਚੈਨ ਬੋਲਾਂ ਨੂੰ ਅੰਬਰ ਚੋੜਾ ਦੇ, ਆਪੇ ਸ਼ਾਂਤ ਹੋ ਜਾਣ। ਕੁਛ ਕਰਨ ਦੀ ਲੋੜ ਨਹੀਂ, ਕੁਛ ਨਹੀਂ। ਇੱਕ ਹੋਰ ਸੁਣਾ। ਹਾਂਜੀ। ਪਿਆਸ ਇਹ ਨਹੀਂ ਵੇਖਦੀ ਪਾਣੀ ਝੀਲ ਦਾ ਜਾਂ ਛੱਪੜ ਦਾ। ਪਿਆਸ ਇਹ ਨਹੀਂ ਵੇਖਦੀ ਪਾਣੀ ਝੀਲ ਦਾ ਜਾਂ ਛੱਪੜ ਦਾ, ਤੇ ਪਾਣੀ ਇਹ ਨਹੀਂ ਸੋਚਦਾ ਪੀਣ ਵਾਲਾ ਰਾਜਾ ਕਿ ਫਕੀਰ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਛੋਟੀਆਂ ਨਜ਼ਮਾਂ ਪਾਣੀ ਦੀ ਇਹੀ ਤੇ ਖਾਸੀਅਤ ਹੈ। ਹਾਂ, ਤੇ ਇਹ ਬਹੁਤ ਵਧੀਆ ਜੀ। ਅੱਛਾ, ਇੱਕ ਹੋਰ ਦੇਖੋ, ਬੜੀ ਰੋਮਾਂਟਿਕ ਕਵਿਤਾ। ਤੇ ਗਲੀ ਗਲੀ ਚੋਂ ਕੋਈ ਵੀ ਲੰਘੇ ਇੱਕ ਵਾਰ ਬੂਹਾ ਖੋਲ ਤੱਕ ਲੈਂਦਾ ਹਾਂ। ਅੱਛਾ। ਗਲੀ ਚੋਂ ਕੋਈ ਵੀ ਲੰਘੇ ਇੱਕ ਵਾਰ ਬੂਹਾ ਖੋਲ ਤੱਕ ਲੈਂਦਾ ਹਾਂ। ਇਹ ਗੱਲ ਵੱਖਰੀ ਕਿ ਪਿੱਠਾਂ ਪਛਾਣਦਿਆਂ ਚਿਹਰੇ ਵਿਸਰੇ। ਓਏ ਹੋਏ, ਓਏ ਹੋਏ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਇੱਕ ਹੋਰ ਨਜ਼ਮ, ਕਾਸ਼ ਕੋਈ ਰਕਾਨ ਪਿਪਲੀ ਪਵਿੱਤਰ ਪੱਤਿਆਂ ਦੀ ਝੱਲ ਮਾਰ ਚਿਹਰੇ ਤੋਂ ਸਫ਼ਰ ਦੀ ਗਰਦ ਝਾੜੇ। ਕੀ ਬਾਤ ਹੈ, ਦੁਬਾਰਾ ਕਹੋ ਜੀ, ਦੁਬਾਰਾ। ਕਾਸ਼ ਕੋਈ ਰਕਾਨ ਪਿਪਲੀ ਪਵਿੱਤਰ ਪੱਤਿਆਂ ਦੀ ਝੱਲ ਮਾਰ ਚਿਹਰੇ ਤੋਂ ਸਫ਼ਰ ਦੀ ਗਰਦ ਝਾੜੇ। ਕਾਸ਼ ਕੋਈ ਨਿੰਮ ਦੀ ਟਹਿਣੀ ਕੋਸੇ ਪਾਣੀ 'ਚ ਭਿੱਜ ਕੇ ਥੱਕੇ ਪੈਰਾਂ 'ਤੇ ਟਕੋਰ ਕਰੇ। ਕੀ ਬਾਤ ਹੈ, ਕੀ ਬਾਤ ਹੈ, ਕਿੱਦਾਂ ਦਾ ਆਲਮ ਹੋਊਗਾ। ਬਹੁਤ ਅੱਛੀ, ਬਹੁਤ ਵਧੀਆ। ਹੋਰ ਦੇਖੋ ਤੁਸੀਂ, ਕਮਲ ਫੁੱਲ ਬਾਗਾਂ 'ਚ ਨਹੀਂ ਖਿੜਦੇ, ਅੰਬ ਵੀ ਨਹੀਂ ਲੱਗਦੇ ਮਲਿਆਂ ਨੂੰ, ਤੂੰ ਮੇਰੇ ਬੇਰ ਚੱਖਣ ਲਈ ਲੰਘ ਕੇ ਆ ਮੇਰੇ ਕੰਡਿਆਂ ਕੰਡਿਆਂ 'ਚ। ਸੋ ਇਸ ਤਰ੍ਹਾਂ ਜਦੋਂ ਮੈਂ ਸਿਕੰਦਰ ਸੀ ਤਾਂ ਰਾਹ ਦਿੱਤਾ ਦਰਿਆਵਾਂ ਨੇ। ਅੱਛਾ ਜੀ। ਜਦੋਂ ਮੈਂ ਸਿਕੰਦਰ ਸੀ ਤਾਂ ਰਾਹ ਦਿੱਤਾ ਦਰਿਆਵਾਂ ਨੇ, ਜਦੋਂ ਮੈਂ ਰਾਹ ਬਣਿਆ ਦਰਿਆ ਵੀ ਸਿਕੰਦਰ ਹੋ ਗਿਆ। ਸਿਕੰਦਰ ਹੋ ਗਿਆ। ਸੋ ਇਹ ਬਹੁਤ ਬਹੁਤ ਵਧੀਆ, ਬਹੁਤ ਵਧੀਆ। ਅੱਛਾ, ਮਹਾਕੰਬਣੀ ਬਾਰੇ ਦੱਸੋ, ਜਿਹਨੂੰ ਪੁਰਸਕਾਰ ਮਿਲਿਆ ਉਹਦੇ 'ਚ। ਜਦੋਂ ਮੈਨੂੰ ਲੋਕ ਕਹਿਣ ਲੱਗ ਗਏ ਨਾ ਵੀ ਤੂੰ ਨਿੱਕੀ ਕਵਿਤਾ ਦਾ ਵੱਡਾ ਕਵੀ, ਮੇਰੇ ਮਨ 'ਚ ਇਹ ਗੱਲ ਆੜ ਗਈ ਵੀ ਨਹੀਂ, ਲੰਮੀ ਨਜ਼ਮ ਲਿਖਣੀ ਆ ਆਪਾਂ ਨੇ। ਅੱਛਾ ਜੀ। ਮਹਾਕੰਬਣੀ ਨੂੰ ਹੱਥ ਪਾਇਆ, ਮਹਾਕੰਬਣੀ 'ਚ ਇੱਕੋ ਨਜ਼ਮ ਹੈ ਸਾਰੀ ਕਿਤਾਬ 'ਚ। ਅੱਛਾ ਜੀ। ਇੱਕੋ ਕਵਿਤਾ ਹੈ, ਉਹਦੇ ਦੋ ਪਾਤਰ ਨੇ, ਜਗਿਆਸਾ ਤੇ ਗੁਰੂਦੇਵ। ਅੱਛਾ। ਇਧਰਲੇ ਪਾਸੇ ਜਗਿਆਸਾ ਬੈਠੀ ਹੈ, ਇੱਧਰ ਗੁਰੂਦੇਵ ਬੈਠਾ। ਓਕੇ। ਜਗਿਆਸਾ ਬਹੁਤ ਕੋਈ ਮਸਲਾ, 44 ਮਸਲੇ ਲਏ ਨੇ ਮੈਂ ਉਹਦੇ ਵਿੱਚ। ਅੱਛਾ ਜੀ। 44 ਮਸਲੇ ਵੱਖੋ ਵੱਖਰੇ, ਕਿਤੇ ਘਰਾਂ ਦੇ, ਕਿਤੇ ਰਿਸ਼ਤਿਆਂ ਦੇ, ਕਿਤੇ ਪੂੰਜੀਵਾਦ ਦੇ, ਕਿਤੇ ਗਲੋਬਲਾਈਜੇਸ਼ਨ ਦੇ, ਹਾਂਜੀ, ਕਿਤੇ ਭੀੜ ਦੇ, ਕਿਤੇ ਚੌਂਕਾਂ ਦੇ, ਅਲੱਗ ਅਲੱਗ ਮਸਲੇ ਨੇ ਉਹ, ਅਤੇ ਕਿਤੇ ਪ੍ਰਕਿਰਤੀ ਦੇ। ਉਹਨਾਂ ਬਾਰੇ ਜਗਿਆਸਾ ਗੁਰੂਦੇਵ ਅੱਗੇ ਪੂਰਾ ਪੇਜ ਰੱਖਦੀ ਆ, ਇੱਕ ਪੰਨੇ 'ਤੇ ਪੂਰਾ ਬੋਲਦੀ ਆ ਉਹ ਕਿ ਆਹ ਮਸਲਾ ਆਹ ਹੈ ਗੁਰੂਦੇਵ, ਹੇ ਗੁਰੂਦੇਵ ਆਹ ਮਸਲਾ ਹੈ, ਮੈਨੂੰ ਇਹਦੇ ਬਾਰੇ ਦੱਸ, ਮੈਂ ਉਲਝੀ ਹੋਈ ਹਾਂ, ਅਤੇ ਫਿਰ ਗੁਰੂਦੇਵ ਉਹ ਮਸਲੇ ਦਾ ਹੱਲ ਦੱਸਦਾ, ਸਮਾਧਾਨ ਕੱਢਦਾ, ਉਹਦੀ ਸ਼ੰਕਾ ਦੂਰ ਕਰਦਾ, ਉਹਨੂੰ ਉਹਦੀ ਸ਼ੰਕਾ ਨੂੰ ਨਿਵਰਤ ਕਰਦਾ, ਅਤੇ ਉੱਥੇ ਉਹ ਨਿਵਰਤ ਹੋ ਜਾਂਦੀ ਹੈ, ਫਿਰ ਉਸ ਤੋਂ ਅਗਲੇ ਪੰਨੇ 'ਤੇ ਉਹ ਨਵਾਂ ਮਸਲਾ ਖੜ੍ਹਾ ਕਰ ਦਿੰਦੀ ਆ, ਅਤੇ ਉਹ ਫਿਰ ਉਹਦਾ ਜਵਾਬ ਦਿੰਦਾ। ਕਵਿਤਾ ਕਵਿਤਾ ਜਗਿਆਸਾ ਵਾਲੇ ਪਾਸੇ ਆ, ਜਿਹੜਾ ਅਸਲੀ ਚਿੰਤਨ ਮੰਥਨ ਜਿਹਨੂੰ ਕਹਿੰਦੇ ਆਪਾਂ, ਜਾਂ ਵਿਚਾਰ ਜਾਂ ਫਿਲਾਸਫੀ, ਉਹ ਸਾਰੀ ਗੁਰਦੇਵ ਕੋਲ ਆ, ਗੁਰੂਦੇਵ ਕੋਲ। ਕਵਿਤਾ ਮੈਂ 4 ਦਿਨਾਂ 'ਚ ਆਪਣੇ ਅੰਦਰੋਂ ਪੈਦਾ ਕਰ ਲਈ ਸੀ, ਗੁਰਦੇਵ ਨੂੰ ਆਪਦੇ ਅੰਦਰੋਂ ਪੈਦਾ ਕਰਨ ਵਾਸਤੇ ਮੈਨੂੰ 10 ਸਾਲ ਲੱਗੇ। ਅੱਛਾ ਜੀ। 10 ਸਾਲ ਮੈਂ ਉਹਦਾ ਪਾਠ ਪੂਰਾ ਕੀਤਾ 10 ਸਾਲ 'ਚ, ਤਾਂ ਉਹਨੂੰ ਉਹ ਮੁਕੰਮਲ, ਜੋ ਗੁਰਦੇਵ ਨੇ ਜਿਹੜੀ ਗੱਲ ਕਹਿਤੀ, ਫਿਰ ਉਹਨੂੰ ਤੁਸੀਂ ਕਿਸੇ ਵੀ ਯੁੱਗ 'ਚ ਝੁਟਲਾ ਨਹੀਂ ਸਕਦੇ। ਉਹ ਕਵਿਤਾ ਜ਼ਰੂਰ ਪੜ੍ਹਿਓ, ਤੁਸੀਂ ਮਹਾਕੰਬਣੀ ਲੈ ਕੇ ਪੜ੍ਹਿਓ, ਪੜੋਗੇ ਪੂਰਾ ਪਹਿਰਾ ਪੜੋਗੇ ਫਿਰ ਵੀ ਤੁਹਾਨੂੰ ਲੱਗੂ ਵੀ ਠੀਕ ਹੈ, ਕੰਪਲੀਟ ਹੈ। ਕੱਲੀ ਜਗਿਆਸਾ ਪੜ੍ਹੀ ਜਾਓਗੇ ਤੁਸੀਂ, ਉਹ ਵੀ ਤੁਹਾਨੂੰ ਪੂਰੀ ਕਵਿਤਾ ਲੱਗੂਗੀ।
गुरुदेव नूं अलग करके पढ़ लोगे वह भी तुहानूं अलग कविता लगेगी। अच्छा जी। सारी किताब नूं तुसीं इकट्ठा पढ़ोगे तो फिर भी तुहानूं इक्को ही कविता लगेगी। बुजुर्ग मेरी कविता मेरे डैडी मेरे पिता जी मेरी कविता दे पक्के पाठक सी। जो मैं सारा कुछ मेनू कहते बेटा तू बहुत कुछ लिख लिया तेन इनाम नूंजे सारे मिल गए श्रोमणी कवि या भारतीय साहित्य अकादमी ये भी तू सारे लै लू ने किताबां तेरियां बहुत सोहणियां ने पर एक गल दस मैनू बई तू अपने पिंड बारे की लिखिया। अच्छा जी। अपने खेतां दा की लिखिया तू अपनी किसानी दा की लिखिया तू पिंड दे पात्रां दा की लिखिया तू इत्थों दे जीवन बारे की तू कविता च लिखिया वह फिर मैं देखिया बई मैं तां कुछ भी नहीं लिखिया उत्थों फिर हाँ अक्कां दी कविता निकलदी है सुहागे दा तख्त मेरा पिता भी है उत्थे मेरा सीरी गोदू भी है जिहड़ा मेरा नौकर है। अच्छा मैनूं हुण दस्सो इक गल जे तुहाडे पिता जी तुहानूं इह सवाल ना करदे हो सकदा मैं ना लिखदा हो सकदा तुसीं उधर बारे ना सोचदा है ना ਤੁਹਾਨੂੰ ਐ ਲੱਗਣਾ ਸੀ ਮੈਂ ਤਾਂ ਬਹੁਤ ਕੁਝ ਲਿਖ ਲਿਆ ਤੇਰਾ ਨਿਫਲ ਲੱਗਦਾ ਤੇਰੀ ਮਹਾਕਮਣੀ ਠੀਕ ਆ ਚਿੰਤਨ ਮੰਥਨ ਵਿਚਾਰ ਫਲਸਫੀ ਕਰ ਲਈ ਪਰ ਮੈਨੂੰ ਤਾਂ ਇਹ ਦੱਸ ਤੂੰ ਆਪਦੀ ਮਿੱਟੀ ਬਾਰੇ ਕੀ ਲਿਖਿਆ ਫਿਰ ਮੈਂ ਉਹ ਚ ਮਿੱਟੀ ਦੀਆਂ ਉਦਾਸ ਬਾਤਾਂ ਪਾਈਆਂ ਨੇ ਉਹ ਕਿਤਾਬ ਪੜਿਓ ਤੁਸੀਂ ਠੀਕ ਹੈ ਨਾ ਪਰ ਇਹ ਸਵਾਲ ਤੁਹਾਨੂੰ ਕਰ ਵੀ ਉਹੀ ਸਕਦੇ ਸੀ ਤੁਹਾਨੂੰ ਕਹਿ ਵੀ ਉਹੀ ਸਕਦੇ ਸੀ ਹੈ ਨਾ ਜੇ ਕੋਈ ਹੋਰ ਕਰਦਾ ਤੁਹਾਡੇ ਸਮਕਾਲੀ ਕਵੀ ਕਰਦੇ ਜਾਂ ਕੋਈ ਹੋਰ ਕਰਦੇ ਤੇ ਸ਼ਾਇਦ ਚੱਲ ਰਹੀ ਹੈ ਉਹ ਕਿਤਾਬ ਠੀਕ ਹੈ ਨਾ ਜ਼ਰੂਰ ਜੀ ਜ਼ਰੂਰ ਪੜਾਂਗੇ ਤੇ ਉਹ ਮਰਦਾਨੇ ਵਾਲੀ ਸਾਨੂੰ ਜ਼ਰੂਰ ਸੁਣਾਓ ਜਾਂ ਕੁਛ ਨਾ ਕੁਛ ਤਰ੍ਹਾਂ ਨਮਚ ਜੇ ਹੋ ਜੇ ਤਾਂ ਮਰਦਾਨੇ ਵਾਲੀ ਤੁਸੀਂ ਕਿੱਥੋਂ ਸੁਣੀ ਮੈਂ ਜ਼ਿਕਰ ਵੀ ਬਹੁਤ ਸੁਣਿਆ ਜੀ ਮੈਂ ਯੂਟਿਊਬ ਤੇ ਸੁਣੀ ਆ ਵੈਸੇ ਹਾਂਜੀ ਗੀਤ ਤਾਂ ਮੇਰੇ ਹੋਰ ਵੀ ਬਹੁਤ ਨੇ ਪਰ ਤੁਸੀਂ ਮਰਦਾਨੇ ਵਾਲਾ ਹਾਂਜੀ ਉਹ ਪਲੀਜ਼ ਸੁਣਾ ਕੇ ਗਲਾ ਤਾਂ ਬਹੁਤਾ ਸਾਥ ਨਹੀਂ ਦੇ ਰਿਹਾ ਅੱਜ ਅੱਜ ਪ੍ਰੋਗਰਾਮ ਸਵੇਰ ਦੇ ਚੱਲ ਰਹੇ ਨੇ ਅੱਛਾ ਜੀ ਮੇਰੇ ਪਿਆਰੇ ਮਿੱਤਰ ਆ ਸਾਰੇ ਚਲੋ ਜਿੰਨਾ ਤੁਸੀਂ ਕੰਫਰਟੇਬਲ ਹੋ ਕੇ ਸੁਣਾ ਸਕਦੇ ਹੋ ਤੇ ਜੇ ਤੁਸੀਂ ਬੋਲ ਕੇ ਸੁਣਾਉਣਾ ਤਾਂ ਵੀ ਕੋਈ ਗੱਲ ਨਹੀਂ ਹਾਂਜੀ ਮੈਂ ਦੇਖਦਾ ਕੋਸ਼ਿਸ਼ ਕਰਦਾ ਜੀ ਦੁੱਖ ਸੁੱਖ ਆਉਣੇ ਜਾਣੇ ਲੱਖ ਮਰਦਾਨਿਆਂ ਤਰਬਾਂ ਤੇ ਪੋਟਿਆਂ ਨੂੰ ਰੱਖ ਮਰਦਾਨਿਆਂ ਤਾਰਾਂ ਉੱਤੇ ਪੋਟਿਆਂ ਨੂੰ ਰੱਖ ਮਰਦਾਨਿਆਂ ਦੁਨੀਆਂ 'ਚ ਦੇਖ ਕਿੰਨਾ ਫੈਲਿਆ ਹਨੇਰ ਹੈ ਤੇਰੇ ਸੁਰਾਂ ਨਾਲ ਹੀ ਤਾਂ ਚੜ੍ਹਨੀ ਸਵੇਰ ਹੈ ਨੂਰ ਨੂੰ ਤੂੰ ਕਰ ਨੂਰ ਨੂੰ ਤੂੰ ਕਰ ਪਰ ਤੱਕ ਮਰਦਾਨਿਆਂ ਤਾਰਾਂ ਉੱਤੇ ਪੋਟਿਆਂ ਨੂੰ ਰੱਖ ਮਰਦਾਨਿਆਂ ਬਹੁਤ ਵਧੀਆ ਜੀ ਬਹੁਤ ਵਧੀਆ ਪੈਰਾਂ 'ਚ ਸਫ਼ਰ ਤਾਂ ਕਹਾਣੀ ਬਣ ਜਾਂਦੀ ਹੈ ਬੋਲ ਜੋ ਚਾਰੇ ਬਾਬਾ ਬਾਣੀ ਬਣ ਜਾਂਦੀ ਹੈ ਸੁੱਤਿਆਂ ਦੀ ਖੁੱਲ ਜਾਂਦੀ ਅੱਖ ਮਰਦਾਨਿਆਂ ਤਾਰਾਂ ਉੱਤੇ ਪੋਟਿਆਂ ਨੂੰ ਰੱਖ ਮਰਦਾਨਿਆਂ ਤਰਬਾਂ 'ਤੇ ਪੋਟਿਆਂ ਨੂੰ ਰੱਖ ਮਰਦਾਨਿਆਂ ਇੱਕ ਬੰਦ ਹੋਰ ਜੀ ਪੁੱਛਦੀ ਰਬਾਬ ਜਦੋਂ ਜੱਗ ਇੱਕ ਨੂਰ ਹੈ ਬੰਦੇ ਕੋਲੋਂ ਬੰਦਾ ਫੇਰ ਕਿਹੜੀ ਗੱਲੋਂ ਦੂਰ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਕਿਆ ਬਾਤ ਪੁੱਛਦੀ ਰਬਾਬ ਜਦੋਂ ਜੱਗ ਇੱਕ ਨੂਰ ਹੈ ਬੰਦੇ ਕੋਲੋਂ ਬੰਦਾ ਫੇਰ ਕਿਹੜੀ ਗੱਲੋਂ ਦੂਰ ਹੈ ਨੌਹਾਂ ਨਾਲ ਮਾਸ ਹੋਇਆ ਹੋਏ ਵੱਖ ਮਰਦਾਨਿਆਂ ਤਾਰਾਂ ਉੱਤੇ ਪੋਟਿਆਂ ਨੂੰ ਰੱਖ ਮਰਦਾਨਿਆਂ ਬਹੁਤ ਤਰਬਾਂ 'ਤੇ ਪੋਟਿਆਂ ਨੂੰ ਰੱਖ ਮਰਦਾਨਿਆਂ ਦੁੱਖ ਸੁੱਖ ਆਉਣੇ ਜਾਣੇ ਲੱਖ ਗੀਤ ਬਹੁਤ ਵਧੀਆ ਬਾਬਾ ਜੀ ਦੇ 550 ਸਾਲੇ ਉਦੋਂ ਮੈਂ ਇਹ ਲਿਖਿਆ ਸੀਗਾ ਗੀਤ ਜੀ ਅੱਛਾ ਇੱਕ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦੀ ਹਾਂ ਵੀ ਕਿਤਾਬਾਂ ਦੇ ਬਾਰੇ ਅਕਸਰ ਗੱਲ ਮੈਂ ਸੁਣਦੀ ਰਹਿੰਦੀ ਹਾਂ ਕਿਉਂਕਿ ਸਾਹਿਤ ਨਾਲ ਕਾਫੀ ਲਗਾਵ ਹੈ ਮੈਨੂੰ ਹੈ ਨਾ ਪੜ੍ਹਦੀ ਰਹਿੰਦੀ ਹਾਂ ਮੈਂ
ਤੇ ਕਿਤਾਬ ਹੈ ਜਿਹੜੀ ਕੀ ਉਹ ਚੰਗੀ ਜਾਂ ਮਾੜੀ ਵੀ ਹੁੰਦੀ ਹੈ? ਬਹੁਤ ਬਿਲਕੁਲ ਹੁੰਦੀ, ਲੋਕਾਂ ਦੇ ਮੂੰਹੋਂ ਮੈਂ ਸੁਣਦੀ ਹਾਂ। ਬਿਲਕੁਲ ਬਹੁਤ ਕਿਤਾਬਾਂ ਪੜ੍ਹੋ, ਕਿਤਾਬਾਂ ਹੁੰਦੀਆਂ ਨੇ, ਕਿਤਾਬਾਂ ਹੁੰਦੀਆਂ ਨੇ, ਮੇਰੀਆਂ ਬਹੁਤ ਕਿਤਾਬ ਬਹੁਤ ਕਵਿਤਾਵਾਂ 'ਚ ਆਉਂਦੀਆਂ ਨੇ। ਮੈਂ ਇੱਕੋ ਹੀ ਸਤਰ 'ਚ ਤੁਹਾਡਾ ਜਵਾਬ ਦੇ ਦਿੰਦਾ। ਇੱਕ ਸਤਰੇ ਖਤ ਵੀ ਕਿਤਾਬ ਹੁੰਦੇ ਨੇ, ਇੱਕ ਸਤਰੇ ਖਤ ਵੀ ਕਿਤਾਬ ਹੁੰਦੇ ਨੇ, ਕਈ ਕਿਤਾਬਾਂ 'ਚ ਕੋਈ ਸਤਰ ਨਹੀਂ ਹੁੰਦਾ। ਦੋ ਹੀ ਤਰ੍ਹਾਂ ਦੇ ਹੁੰਦੇ ਨੇ ਸ਼ਾਇਰ, ਦੋ ਹੀ ਤਰ੍ਹਾਂ ਦੇ ਹੁੰਦੇ ਨੇ ਸ਼ਾਇਰ, ਇੱਕ ਕਿਤਾਬਾਂ ਲਈ ਇੱਕ ਕਵਿਤਾ ਲਿਖਦੇ ਨੇ ਤੇ ਇੱਕ ਕਵਿਤਾ ਲਈ ਕਿਤਾਬ ਲਿਖਦੇ ਨੇ। ਮੇਰੀਆਂ 40 ਹੋ ਗਈਆਂ ਜੀ, 50 ਕਿਤਾਬਾਂ ਹੋ ਗਈਆਂ, ਕੀ ਕਰਾਂਗੇ ਤੇਰੀਆਂ 40 ਨੂੰ ਨਾਲੇ 50 ਨੂੰ? ਕਿਤਾਬ ਤਾਂ ਇੱਕੋ ਹੀ ਬਹੁਤ ਹੁੰਦੀ ਹੈ। ਤੁਸੀਂ ਕਵਿਤਾ ਲਈ ਕਿਤਾਬ ਲਿਖੋ, ਕਿਤਾਬਾਂ ਲਈ ਕਵਿਤਾ ਨਾ ਲਿਖੋ। ਸਹੀ ਗੱਲ, ਮੇਰਾ ਕਹਿਣ ਦਾ ਮਤਲਬ ਉਹ ਹੈ। ਬਿਲਕੁਲ ਸਹੀ ਹੈ ਜੀ। ਇਸ ਕਰਕੇ ਚੰਗੀ ਕਿਤਾਬ ਦੁਨੀਆ ਲੱਭ ਇੱਕ ਵੀ ਹੋਵੇ ਭਾਵੇਂ ਤੇ ਉਹ ਬਹੁਤ ਹੈ, ਹੈ ਨਾ, ਕਾਫੀ ਹੈ। ਸਤਰ ਇੱਕ ਖਤ ਵੀ ਕਿਤਾਬ ਹੁੰਦੇ ਹਾਂ, ਕਈ ਕਿਤਾਬਾਂ 'ਚ ਕੋਈ ਸਤਰ ਨਹੀਂ। ਅੱਛਾ, ਪੰਜਾਬੀ ਬੋਲੀ ਦੀ ਜਿਹੜੀ ਮੌਜੂਦਾ ਸਥਿਤੀ ਹੈ, ਤੁਸੀਂ ਹੁਣ ਦੁਨੀਆ ਭਰ ਦੇ ਵਿੱਚ ਜਾਂਦੇ ਆਉਂਦੇ ਰਹਿੰਦੇ ਹੋ, ਹੈ ਨਾ, ਦੇਖੋ। ਹਾਂ, ਇਹਦੇ ਬਾਰੇ ਬਹੁਤ ਚਿੰਤਾ ਦਾ, ਮਨ ਨੂੰ ਚਿੰਤਾ ਲਾਉਣ ਵਾਲੀ ਲੋੜ ਨਹੀਂ ਹੈ। ਮੈਂ ਕੇਂਦਰੀ ਪੰਜਾਬੀ ਲੇਖ ਸਭਾ 'ਚ ਵਿਚਰਦਾ, ਦੇਖਦਾ, ਬਾਹਰਲੇ ਮੁਲਕਾਂ 'ਚ ਸਾਰਿਆਂ 'ਚ ਜਾਂਦਾ ਜੀ, ਅਤੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਸਗੋਂ ਸਾਡਾ ਪੰਜਾਬ ਫੈਲ ਰਿਹਾ ਬਹੁਤ ਪਾਸੇ, ਪੰਜਾਬੀ ਫੈਲ ਰਹੀ ਹੈ, ਠੀਕ ਹੈ ਨਹੀਂ? ਹੁਣ ਇੱਥੇ ਜਿਹੜੀ ਬੱਸ 'ਚ ਮੈਂ ਚੜ੍ਹਦਾ, ਉੱਥੇ 40 ਬੱਚੇ ਪੰਜਾਬੀ ਬੈਠੇ ਗੱਲਾਂ ਕਰ ਰਹੇ ਹੁੰਦੇ ਨੇ, ਠੀਕ ਹੈ? ਚਲੋ, ਉਹ ਗੱਲ ਜਿਵੇਂ ਕਹਿੰਦੇ ਨੇ ਨੌਕਰੀ ਦੇ ਮਸਲੇ ਨੇ ਜਾਂ ਕਿਰਤ ਦੇ ਮਸਲੇ ਨੇ, ਹੈ, ਉਹ ਤਾਂ ਵੱਖਰੇ ਨੇ, ਹੈ ਨਾ, ਉਹਨਾਂ ਲਈ ਅੰਗਰੇਜ਼ੀ ਬੋਲਣੀ ਪੈਣੀ ਹੈ, ਇਹਨਾਂ ਨੂੰ ਕੰਮ ਕਰਨਾ ਪੈਣਾ। ਅਦਰਵਾਈਜ਼ ਸਾਡਾ ਫੈਲਾਅ ਹੋ ਰਿਹਾ ਹੈ, ਪੰਜਾਬੀ ਦਾ ਫੈਲਾਅ ਹੋ ਰਿਹਾ ਹੈ। ਤੁਸੀਂ ਹੈਰਾਨ ਹੋਵੋਗੇ, ਜਿੰਨੀਆਂ 2022 ਦੇ ਵਿੱਚ ਕਿਤਾਬਾਂ ਛਪੀਆਂ ਨੇ ਪੰਜਾਬੀ ਦੀਆਂ, ਉਨੀਆਂ ਪਿਛਲੇ 10 ਸਾਲਾਂ 'ਚ ਨਹੀਂ ਛਪੀਆਂ। ਇੰਨੀ ਕਿਤਾਬ ਛਪ ਕੇ ਆ ਰਹੀ ਹੈ ਸਾਡੇ ਲਈ, ਇਹ ਮਾਣ ਦੀ ਗੱਲ ਹੈ ਪੰਜਾਬੀ ਭਾਸ਼ਾ। ਪਰ ਇੱਕ ਪਾਸੇ ਲੋਕ ਕਹੀ ਜਾਂਦੇ ਪੜ੍ਹਦੇ ਨਹੀਂ ਕਿਤਾਬਾਂ। ਦੇਖੋ ਜੀ, ਇਹ ਜ਼ਰੂਰ ਮਸਲਾ ਹੈ ਵੀ ਪੜ੍ਹਦੇ ਨਹੀਂ ਲੋਕ, ਬਹੁਤ ਕੁਝ ਇਹਦੇ ਉੱਪਰ ਆ ਗਿਆ। ਹੁਣ ਲੋਕ ਛੇਤੀ ਦੇਣੇ ਭਾਵ ਵੀ ਛੋਟੀ ਜਿਹੀ ਕਵਿਤਾ ਪੜ੍ਹੋ ਤੇ ਅੱਗੇ ਹੋ ਜਾਓ, ਛੋਟੀ ਜਿਹੀ ਕਵਿਤਾ ਪੜ੍ਹੋ ਤੇ ਅੱਗੇ ਹੋ ਜਾਓ, ਪਰ ਜਿਹੜੇ ਪੱਕੇ ਪਾਠਕ ਨੇ, ਪੱਕੇ ਉਸ ਪੜ੍ਹਦੇ ਜਿਨ੍ਹਾਂ ਨੇ ਪੜ੍ਹਨੀਆਂ, ਉਹਨਾਂ ਨੂੰ ਇੱਕ ਚੇਟਕ ਹੈਗੀ ਆ ਵੈਸੇ। ਮੈਨੂੰ ਕੋਈ ਨਹੀਂ, ਮੇਰੀਆਂ ਨਜ਼ਮਾਂ ਦੇ ਪਾਠਕ ਮੇਰੇ ਕੋਲ ਹੈਗੇ ਆ, ਇਸ ਕਰਕੇ ਮੈਂ ਕਿਉਂ ਕਹਾਂ ਕਿ ਕੋਈ ਪੜ੍ਹਦਾ ਨਹੀਂ। ਮੈਨੂੰ ਇਹ ਲੱਗਦਾ ਜੇ ਮੇਰੇ ਐਡੀਸ਼ਨ ਛਪ ਰਹੇ ਨੇ ਤਾਂ ਮਤਲਬ ਕਿਤਾਬ ਤਾਂ ਕਿਤੇ ਜਾ ਰਹੀ ਹੈ, ਕੋਈ ਤਾਂ ਪੜ੍ਹ ਰਿਹਾ ਯਾਰ, ਕੋਈ ਕਵਰੇਜ ਤਾਂ ਬੰਦ ਨਹੀਂ ਹੈਗੀ ਜੇ ਵਾਰ ਵਾਰ ਛਪ ਰਹੀਆਂ ਨੇ ਉਹ, ਤਾਂ ਕੋਈ ਨਾ ਕੋਈ ਪੜ੍ਹ ਰਿਹਾ। ਸੋ ਮੈਨੂੰ ਮੇਰੇ, ਮੈਂ ਬਿਲਕੁਲ ਸੰਤੁਸ਼ਟ ਹਾਂ ਆਪਣੇ ਪਾਠਕਾਂ। ਵੈਸੇ ਮੈਂ ਤਾਂ ਇੱਕ ਗੱਲ ਕਹਿੰਦੀ ਹੁੰਦੀ ਜੀ, ਆਪਣੇ ਹਰ ਪ੍ਰੋਗਰਾਮ ਦੇ ਵਿੱਚ, ਚਾਹੇ ਉਹ ਟੀ ਵੀ ਪ੍ਰੋਗਰਾਮ ਹੋਵੇ, ਚਾਹੇ ਮੇਰਾ ਰੇਡੀਓ ਪ੍ਰੋਗਰਾਮ, ਮੈਂ ਕਹਿੰਦੀ ਹੁੰਦੀ ਹਾਂ ਵੀ ਪੰਜਾਬੀਆਂ ਨੂੰ ਆਪਣੇ ਘਰ ਦੇ ਵਿੱਚ ਕਿਤਾਬਾਂ ਰੱਖਣੀਆਂ ਚਾਹੀਦੀਆਂ। ਬਿਲਕੁਲ ਬਿਲਕੁਲ, ਜੇ ਉਹ ਆਪ ਨਹੀਂ ਵੀ ਪੜ੍ਹਦੇ, ਕੋਈ ਆਇਆ ਗਿਆ ਹੀ ਕਿਤਾਬ ਨੂੰ ਹੱਥ ਜ਼ਰੂਰ ਲਾਉਂਦਾ। ਮੈਂ ਵੀ ਇੱਥੇ ਕਈ ਥਾਵਾਂ ਲਿਖਿਆ, ਇੱਕ ਥਾਵਾਂ ਵੀ ਇਹ ਥੋੜ੍ਹਾ ਜਿਹਾ ਹੈਗਾ ਵੀ ਸਾਡੇ ਘਰਾਂ ਦੇ ਵਿੱਚੋਂ ਬਹੁਤ ਸੋਹਣੇ ਸੋਹਣੇ ਬੀਬੀਆਂ ਦੇ ਸੂਟ ਵੀ ਬਥੇਰੇ ਲੱਭ ਜਾਣਗੇ, ਬੋਤਲਾਂ ਬਥੇਰੀਆਂ ਆਉਂਦੀਆਂ ਨੇ, ਜੁੱਤੀਆਂ ਵੀ ਬਹੁਤ ਲੱਭ ਜਾਣਗੀਆਂ, ਤੇ ਬੋਤਲਾਂ ਦੇ ਵੀ ਰੈਕ ਲੱਗੇ ਪਏ ਨੇ ਸਾਰੇ ਜੀ ਜੀ, ਉਹ ਬਾਹਰ ਜ਼ਰੂਰ ਬਣਾਉਂਦੇ ਨੇ ਘਰਾਂ 'ਚ, ਕਿਤਾਬਾਂ ਲਈ ਇੱਕ ਵੀ ਰੈਕ ਨਹੀਂ ਹੈਗਾ। ਬਿਲਕੁਲ ਬਿਲਕੁਲ, ਕਿਤਾਬਾਂ ਜ਼ਰੂਰ ਹੋਣੀਆਂ ਚਾਹੀਦੀਆਂ। ਪਰ ਉਹ ਦਿਨ ਵੀ ਦੂਰ ਨਹੀਂ ਹੈਗੇ ਜਦੋਂ ਇਹ ਜਿਹੜਾ ਭਮਤਰਿਆ ਹੋਇਆ ਮਨੁੱਖ ਹੈ ਨਾ, ਇਹ ਸਾਰੇ ਘੁੰਮ ਫਿਰ ਕੇ ਆ ਕੇ ਉੱਥੇ ਸ਼ਰਨ ਲਏਗਾ, ਉੱਥੇ ਆਏਗਾ। ਲਫ਼ਜ਼ ਬਹੁਤ ਸੋਹਣਾ ਵਰਤਿਆ ਜੀ, ਬਹੁਤ ਦੇਰ ਬਾਅਦ ਸੁਣਿਆ, ਭਮਤਰਿਆ ਹੋਇਆ। ਦਰਸ਼ਕਾਂ ਨਾਲ ਗੱਲਾਂ ਕਰਕੇ ਮੈਨੂੰ ਵੀ ਚੰਗਾ ਲੱਗਿਆ, ਤੇ ਜਾਂਦੇ ਜਾਂਦੇ ਦੋ ਲਾਈਨਾਂ ਹੋ ਜਾਣ ਜੀ ਕੋਈ ਆਪਣੀ ਪਸੰਦ ਦੀ। ਪੂਰਾ ਚੰਨ ਹੈ ਵੀ ਕਿੰਨੀਆਂ ਕਰਾਤਾਂ ਕੋਲ, ਪੂਰਾ ਚੰਨ ਹੈ ਵੀ ਕਿੰਨੀਆਂ ਕਰਾਤਾਂ ਕੋਲ, ਤੇ ਪੂਰੀ ਰਾਤ ਹੈ ਵੀ ਕਿੰਨੀਆਂ ਕੁ ਮੁਲਾਕਾਤਾਂ ਕੋਲ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ ਬੁੱਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਤੇ ਫਿਰ ਮਿਲਾਂਗੇ। ਥੈਂਕ ਯੂ ਸੋ ਮਚ, ਬਹੁਤ ਚੰਗਾ ਲੱਗਿਆ, ਬਹੁਤ ਚੰਗਾ ਲੱਗਿਆ। ਸਤਿ ਸ਼੍ਰੀ ਅਕਾਲ, ਥੈਂਕ ਯੂ, ਮਿਹਰਬਾਨੀ। ਏ ਸੀ ਜੀ ਅੱਜ ਦਾ ਪ੍ਰੋਗਰਾਮ ਰੂਹ ਦੀਆਂ ਗੱਲਾਂ, ਫੀਡਬੈਕ ਜ਼ਰੂਰ ਦਿਆ ਕਰੋ।
ਅਗਲੇ ਹਫਤੇ ਤੱਕ ਸਾਰਾ ਕੁਝ ਠੀਕ ਠਾਕ ਰਿਹਾ ਤੇ ਫੇਰ ਆਵਾਂਗੇ, ਫੇਰ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ, ਉਦੋਂ ਤੱਕ ਸਤਿ ਸ਼੍ਰੀ ਅਕਾਲ।